ਵੈਰੀ ਗੁੱਡ ਮਾਰਨਿੰਗ ਫਰੈਂਡਸ ਸਸੀ ਗਾਲ ਦੀ ਸਾਰਿਆਂ ਨੂੰ ਮੈਂ ਮਨ ਬਾਂਸਲ ਤੁਹਾਡਾ ਸਵਾਗਤ ਕਰਦਾ ਹਾਂ ਜੀ ਟਿਪਲੇ ਬ੍ਰਾਈਟ ਅਕੈਡਮੀ ਦੇ YouTube ਪਲੇਟਫਾਰਮ ਤੇ ਜਿਵੇਂ ਕਿ ਤੁਸੀਂ ਸਾਰੇ ਜਿੰਨੇ ਵੀ ਥਿਉਰੀਜ਼ ਸੀਗੇ ਉਹਨੂੰ ਪ੍ਰੋਪਰ ਰਿਵਾਈਜ਼ ਕਰ ਚੁੱਕੇ ਹੋਵੋਗੇ ਤੇ ਉਹਨਾਂ ਦੇ ਜਿਹੜੇ ਕੁਐਸਚਨਸ ਸੀਗੇ ਉਹ ਵੀ ਆਪਾਂ ਪ੍ਰੈਕਟਿਸ ਦੇ ਵਿੱਚ ਲੈ ਕੇ ਆਂਦੇ ਤੇ ਅੱਜ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਅੱਜ ਦੀ ਜਿਹੜੀ ਥਿਉਰੀ ਹੈ ਇਹ ਕੋਲਬਰਗ ਦੀ ਮੋਰਲ ਡਵੈਲਪਮੈਂਟ ਥਿਉਰੀ ਹੈ ਆਮ ਤੌਰ ਤੇ ਘੱਟੋ ਘੱਟ ਦੋ ਸਵਾਲ ਇਸ ਥਿਉਰੀ ਦੇ ਵਿੱਚੋਂ ਆਂਦੇ ਆ ਕਈ ਵਾਰ ਹੈਂਜ਼ ਡਾਇਲੈਮਾ ਵੀ ਪੁੱਛ ਲਿਆ ਜਾਂਦਾ ਹੈ ਜਿਹੜਾ ਕਿ ਆਪ ਨੂੰ ਲੱਗਦਾ ਕਿ ਉਸ ਨੂੰ ਇਹ ਗੱਲ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸੀ ਜਾਂ ਫਿਰ ਤੁਸੀਂ ਇਸ ਫੋਟੋ ਦੇ ਉੱਪਰ ਹੀ ਉਹ ਥੋੜੀ ਜਿਹੀ ਇੱਕ ਕਹਾਣੀ ਤੁਹਾਨੂੰ ਸਮਝ ਆ ਰਹੀ ਹੋਵੇਗੀ ਕਿ ਇੱਕ ਪਰਸਨ ਹੈ ਜੋ ਕਿ ਆਪਣੇ ਲਈ ਬਰੈਡ ਛੁਪਾ ਰਿਹਾ ਲੈ ਕੇ ਜਾ ਰਿਹਾ ਚੋਰੀ ਕਰ ਰਿਹਾ ਹੈ ਕਿ ਉਹਨੂੰ ਭੁੱਖ ਲੱਗੀ ਸੀ ਲੇਕਿਨ ਉਹ ਪਰਸਨ ਅੱਗੇ ਜਾ ਕੇ ਡੋਨੇਟ ਕਰ ਰਿਹਾ ਜਾਂ ਆਪਣੇ ਹੀ ਬੱਚਿਆਂ ਨੂੰ ਦੇ ਰਿਹਾ ਦੋਹਾਂ ਦੀ ਜਿਹੜੀ ਡਵੈਲਪਮੈਂਟ ਉਹ ਆਪਾਂ ਇਸ ਸਟੇਜਿਸ ਦੇ ਵਿੱਚ ਦੇਖਾਂਗੇ ਪਹਿਲਾ ਸਵਾਲ ਤਾਂ ਇਹ ਪੁੱਛਿਆ ਜਾਂਦਾ ਹੈ ਦੂਸਰਾ ਸਵਾਲ ਇਹ ਆਪਨੂੰ ਪੁੱਛਿਆ ਜਾਂਦਾ ਹੈ ਕਿ ਆਪਣੇ ਜਿਹੜੀ ਲੈਵਲਸ ਹੈ ਜਾਂ ਜਿਹੜੀ ਰਿਸਪੈਕਟ ਵਾਲੀ ਸਟੇਜਿਸ ਹੈ ਉਹ ਕਿਹੜੀ ਸਟੇਜ ਤੇ ਸੀ ਕਿਹੜੇ ਲੈਵਲ ਤੇ ਸੀ ਜਾਂ ਕੀ ਕਰਨਾ ਚਾਹੁੰਦਾ ਸੀ ਇਹ ਪ੍ਰੈਕਟੀਕਲ ਸਵਾਲੇ ਪੁੱਛਿਆ ਜਾਂਦਾ ਜਾਂ ਫਿਰ ਉਹ ਜਿਹੜਾ ਓਰੀਐਂਟੇਸ਼ਨ ਵਾਈਜ਼ ਪੁੱਛਿਆ ਜਾਂਦਾ ਕਿ ਪੁਨਿਸ਼ਮੈਂਟ ਦੇਣੀ ਚਾਹੀਦੀ ਸੀ ਜਾਂ ਓਰਲ ਸੀਗਾ ਜਾਂ ਕਿਸ ਤਰੀਕੇ ਦੇ ਪੁਆਇੰਟ ਸੀਗੇ ਇਹ ਆਮ ਤੌਰ ਤੇ ਪੁੱਛਿਆ ਜਾਂਦਾ ਇਹਦੇ ਵਿੱਚ ਕੋਈ ਜ਼ਿਆਦਾ ਸਲਾਈਡਾਂ ਨਹੀਂ 12 ਤੋਂ ਲੈ ਕੇ 15 ਸਲਾਈਡਸ ਨੇ ਜਿਹਨੂੰ ਆਪਾਂ ਬੇਸਿਕ ਦੇ ਵਿੱਚ ਦੇਖਾਂਗੇ ਦੋ ਤਿੰਨ ਦਾ ਨਾਰਮਲ ਹੋਮਵਰਕ ਜਾਂ ਹੁੰਦਾ ਇੱਕ ਐਕਟੀਵਿਟੀ ਦੇ ਰਿਗਾਰਡਿੰਗ ਹੋਏਗਾ ਉਸ ਤੋਂ ਬਾਅਦ ਮਾਰਕ ਮਾਈ ਵਰਡਸ ਏਸੇ ਥਿਊਰੀ ਦੇ ਉੱਪਰ ਨੈਕਸਟ ਜਿਹੜਾ ਸੈਸ਼ਨ ਰਹੇਗਾ ਉਹਦੇ ਉੱਪਰ ਆਪਾਂ ਇਹਦੇ ਕੁਐਸਚਨਸ ਨੂੰ ਕਰਾਂਗੇ ਕਾਲਵਰਕ ਦੇ ਕੁਐਸਚਨਸ ਨੂੰ ਕਰਾਂਗੇ ਜਾਂ ਜਿਹੜੇ ਉਦੋਂ ਪਹਿਲਾਂ ਹੋਰ ਥਿਊਰੀਜ਼ ਹੋ ਚੁੱਕੀਆਂ ਆ ਉਹ ਥਿਊਰੀ ਦੇ ਇਕੱਠੇ ਹੀ ਕੁਐਸਚਨ 35 40 ਦੀ ਆਪਾਂ ਪ੍ਰੈਕਟਿਸ ਕਰਾਂਗੇ ਹੁਣ ਆਪਾਂ ਮੋਸਟ ਆਫ ਦੀ ਥਿਊਰੀਜ਼ ਨੂੰ ਹਾਫ ਕੰਪਲੀਟ ਕਰ ਚੁੱਕੇ ਹਾਫ ਅਗਲੇ ਹਫਤੇ ਤੱਕ ਹੋ ਜਾਏਗਾ ਲੇਕਿਨ ਪੇਪਰ ਹਲੇ ਆਪਣਾ 26 ਮਈ ਦੇ ਨੇੜੇ ਤੇੜੇ ਆ ਕਿਉਂਕਿ ਹਲੇ ਫਾਰਮ ਦੀ ਡੇਟ ਆਈ ਸੀ ਤਾਂ ਪਰ ਆਪਾਂ ਲੌਗਇਨ ਹੋਣਾ ਲੈ ਸ਼ੁਰੂ ਨਹੀਂ ਹੋਇਆ ਬਟ ਇਹਨੂੰ ਦੂਸਰੀ ਸੀਟੈਟ ਦੇ ਰਿਗਾਰਡਿੰਗ ਵੀ ਪ੍ਰੈਕਟਿਸ ਕਰ ਸਕਦੇ ਹਾਂ ਕਿ ਉਹਦੇ ਵਿੱਚ ਵੀ ਇਹ ਸਵਾਲ ਪੁੱਛੇ ਜਾਂਦੇ ਤੇ ਸਾਰੇ ਐਗਜ਼ਾਮ ਦੇ ਜਿਹੜੇ ਟੀਚਿੰਗ ਦੀ ਕੈਟਾਗਰੀ ਹੈ ਉਹਨਾਂ ਐਗਜ਼ਾਮਸ ਨੂੰ ਦੇਖ ਕੇ ਹੀ ਆਪਾਂ ਇਹ ਜਿਹੜਾ ਲੈਕਚਰ ਹੈ ਰੈਡੀ ਕੀਤਾ ਹੋਇਆ ਸਾਰਾ ਸਲਾਈਡ ਦਾ ਮੈਂ ਤੁਹਾਨੂੰ ਦੱਸ ਚੁੱਕਾ ਕਿਹੜੇ-ਕਿਹੜੇ ਸਵਾਲ ਆਉਂਦੇ ਆ ਕੀ-ਕੀ ਚੀਜ਼ ਪੁੱਛੀ ਜਾਂਦੀ ਹੈ ਫਿਰ ਆਪਾਂ ਦੇਖਦੇ ਆਂਗੇ ਜਿਹੜੇ ਕਾਲਵਰਕ ਸੀਗੇ ਉਹ ਅਮਰੀਕਨ ਸਾਈਕੋਲੋਜਿਸਟ ਸੀਗੇ ਇਹਨਾਂ ਨੇ ਸਟੇਜਸ ਨੂੰ ਕਿਸ ਤਰੀਕੇ ਨਾਲ ਆਪਾਂ ਨੂੰ ਦੱਸਿਆ ਹੁਣ ਜਿਵੇਂ ਕੁਝ ਚੀਜ਼ਾਂ ਹੋਣਗੀਆਂ ਦੇ ਵਿੱਚ ਕਿਸੇ ਆ ਉਹ ਕਿਸੇ ਵਾਸਤੇ ਕੁਝ ਰੂਲ ਫਿਕਸ ਹੁੰਦੇ ਐ ਐਬਸੋਲੂਟ ਹੁੰਦੇ ਐ ਹੁਣ ਤੁਸੀਂ ਦੇਖੋ ਜੀ ਬੈਂਕ ਦੇ ਵਿੱਚ ਕਰਮਚਾਰੀ ਹੈ ਉਹਨਾਂ ਦਾ ਵੀ ਤਾਂ ਕਿਸੇ ਦਾ ਮਨ ਕਰ ਸਕਦਾ ਕਿ ਇੱਕ ਨੋਟ ਘਰੇ ਲੈ ਜੀ ਏਦਾਂ ਕਰਕੇ ਜਾਂ ਕਿਸਦਾ ਕਹੇਗਾ ਕਿ ਨਹੀਂ ਜੀ ਇੱਕ ਪੈਨ ਘਰੇ ਲੈ ਕੇ ਜਾ ਸਕਦੇ ਆ ਇੱਕ ਕਾਪੀ ਘਰੇ ਲੈ ਕੇ ਜਾ ਸਕਦੇ ਆ ਜਾਂ ਵਾਇਰ ਕਿਸੇ ਇੰਡਸਟਰੀ ਚ ਕੰਮ ਕਰ ਰਿਹਾ ਹੈ ਉਹੀ ਕੀ ਰੂਲਸ ਆ ਜੀ ਫਿਕਸਡ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਮੈਂ ਪੜਾ ਰਿਹਾ ਹਾਂ ਜੀ ਜਾਂ ਮੈਂ ਇੰਨਾ ਕੰਮ ਕਰ ਰਿਹਾ ਹਾਂ ਸਸਤਾ ਵਾਸਤੇ ਕੀ ਮੈਂ ਇੱਕ ਪ੍ਰਿੰਟ ਆਊਟ ਨਹੀਂ ਲੈ ਕੇ ਜਾ ਸਕਦਾ ਕੀ ਮੈਂ ਇੱਕ ਪੇਜ ਨਹੀਂ ਲੈ ਕੇ ਜਾ ਸਕਦਾ ਉਹ ਸਾਰੀਆਂ ਚੀਜ਼ਾਂ ਕੀ ਇੱਕ ਮੋਰਲ ਬਲੀਫ ਦੇ ਵਿੱਚ ਆ ਜਾਂਦੇ ਆ ਜਾਂ ਜਿਵੇਂ ਆਪਾਂ ਆ 3 ਸਟਾਰ 5 ਸਟਾਰ ਹੋਟਲ ਦੀ ਸਰਵਿਸੇਜ਼ ਲੈਣੇ ਆ ਬਹੁਤ ਵਾਰ ਤੁਸੀਂ ਕਪਿਲ ਸ਼ਰਮਾ ਸ਼ੋ ਜਾਂ ਹੋਰ ਆਸੇ ਪਾਸੇ ਰੀਲਸ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਉਹ ਕਹਿੰਦੇ ਜੇ ਅਸੀਂ ਟਾਵਰ ਲਿਆਏ ਜੇ ਅਸੀਂ ਸੋਪ ਲਿਆਏ ਕੀ ਉਹ ਇਹਨਾਂ ਦੇ ਕੋਲਬਰਗ ਦੇ ਆਈਡੀ ਦੇ ਹਿਸਾਬ ਨਾਲ ਕੀ ਉਹ ਚੀਜ਼ਾਂ ਸਹੀ ਸੀ ਜਾਂ ਫਿਰ ਉਹ ਚੋਰੀ ਦੇ ਵਿੱਚ गिना ਜਾਏਗਾ ਜਾਂ ਫਿਰ ਉਹ ਕਿ ਚਲੋ ਸਰਵਿਸ ਸੀ ਉਹਨਾਂ ਨੇ ਤਾਂ ਖਰਾਬ ਕਰਨੀ ਸੀ ਜਾਂ ਉਹਨਾਂ ਨੇ ਯੂਜ਼ ਨਹੀਂ ਕਰਨੀ ਸੀ ਤੁਸੀਂ ਦੇਖੋ ਬਹੁਤ سارے ਪਰ ਟਾਵਲ ਜਨੂੰ ਸੂਪਨੂ ਜਾਂ ਸ਼ੈਂਪੂ ਨੂੰ ਵੀ ਕੈਰੀ ਕਰ ਲਿਆਂਦੇ ਆ ਇਹ ਚੀਜ਼ਾਂ ਆਪਾਂ ਟੀਵੀ ਦੇ ਵੀ ਆਮ ਤੌਰ ਤੇ ਸੁਣੀ ਆ ਆਓ ਜੀ ਆਪਾਂ ਹੁਣ ਅੱਗੇ ਥਿਊਰੀ ਦੇ ਉੱਪਰ ਦੇਖਦੇ ਆ ਕਿ ਕਿਸ ਤਰੀਕੇ ਦੇ ਮੋਰਲ ਦੀ ਵੈਲਿਊਜ਼ ਆਪਣੀ ਚੱਲਦੀ ਹੈ ਆਪਾਂ ਨੂੰ ਇਹ ਨਹੀਂ ਪਤਾ ਚੱਲਦਾ ਡਾਇਲੈਮਾ ਕਹਿ ਲੋ ਜਾਂ ਕਿ ਬੰਦਾ ਦੋ ਮਨਾਂ ਦੇ ਵਿੱਚ ਹੁੰਦਾ ਕਿ ਇਧਰ ਜਾਣਾ ਜਾਂ ਉਧਰ ਜਾਣਾ ਮੋਰਲਸ ਦੇ ਉੱਪਰ ਰਹੀ ਹੈ ਜਾਂ ਇਮੋਰਲ ਵੈਲਿਊਜ਼ ਦੇ ਉੱਪਰ ਹੈ ਜਿਵੇਂ ਆਪਾਂ ਸੈਗਮੈਂਟ ਫਰੂਟ ਦੀ ਥਿਊਰੀ ਕੀਤੀ ਸੀ ਕਿ ਇਧਰ ਵਾਲੇ ਹੈਂਡ ਤੇ ਰੈੱਡ ਵਾਲਾ ਹੈ ਜੀ ਇਧਰ ਅੰਜਲ ਵਾਲੋ ਕਹਿੰਦਾ ਨਹੀਂ ਐ ਕਰਨਾ ਜਾਂ ਐ ਕਰਨਾ ਉਹ ਵਾਲੇ ਪੁਆਇੰਟਸ ਨੂੰ ਵੀ ਇੱਕ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਮੋਰਲ ਡਵੈਲਪਮੈਂਟ ਇੱਕ ਗ੍ਰੈਜੂਅਲ ਡਵੈਲਪਮੈਂਟ ਹੁੰਦੀ ਹੈ ਜੀ ਜਿਦੇ ਵਿੱਚ ਆਪਣਾ ਰਾਈਟ ਰੋਂਗ ਦਾ ਇੱਕ ਕੌਨਸ਼ੀਅਸਨੈਸ ਜਿਹੜਾ ਦਿਮਾਗ ਹੈ ਦਿਲ ਹੈ ਉਹ ਇਹ ਕਹਿ ਰਿਹਾ ਹੁੰਦਾ ਕਿ ਇਹ ਚੀਜ਼ ਸਹੀ ਹੈ ਜਾਂ ਇਹ ਚੀਜ਼ ਗਲਤ ਹੈ ਹੁਣ ਜਿਵੇਂ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਸਰ 26 ਮਹੀਨੋਂ ਪੇਪਰ ਹੈ ਆਪਾਂ ਹਾਲੇ ਕਿਉਂ ਕੰਪਲੀਟ ਕਰਨਾ ਹੈ ਜੀ ਜਾਂ ਆਪਾਂ ਹਾਲੇ ਇੰਨੀ ਪ੍ਰੈਕਟਿਸ ਕਿਉਂ ਕਰੀਏ ਪਹਿਲਾਂ ਪ੍ਰੈਕਟਿਸ ਕਰੋਗੇ ਪਹਿਲਾਂ ਕੁਸ਼ਨ ਦੇਖੋਗੇ ਉਹ ਗਲਤੀਆਂ ਦੇਖੋਗੇ ਤਾਂ ਅੱਗੇ ਤੱਕ ਹੋਰ ਜ਼ਿਆਦਾ ਮਾਰਕਸ ਦੀ ਤੁਸੀਂ ਕੀ ਹੈ ਜੀ ਸਪੀਡ ਫੜ ਸਕਦੇ ਮਾਰਕਸ ਹੋਰ ਜ਼ਿਆਦਾ ਆਉਣ ਦੀ ਉਮੀਦ ਹੈ ਜੇ ਆਪਾਂ ਸੋਚਾਂਗੇ ਨਹੀਂ ਜਦੋਂ ਫਾਰਮ ਦੀ ਡੇਟ ਖੁੱਲੇਗੀ ਓਪਨ ਹੋਏਗਾ ਕਈ ਤਾਂ ਐਸੇ ਵੇਟ ਜੀ ਹੈ ਕਿ ਨਹੀਂ ਜੀ ਹਲ ਤੱਕ ਤਾਂ ਖੁੱਲਿਆ ਨਹੀਂ 26 ਮਈ ਤੋਂ ਵੀ ਲੇਟ ਹੋ ਸਕਦਾ ਆਪਾਂ ਕਿ ਉਹ ਚੀਜ਼ ਦੇਖਣੀ ਆਪਣਾ ਮੋਰਲ ਡਿਊਟੀ ਕੀ ਬੰਦੇ ਹੈ ਕਿ ਐਗਜ਼ਾਮ ਦੀ ਡੇਟ ਨੋਟੀਫਾਈ ਹੋਗੀ ਆਪਾਂ ਆਪਣੀ ਤਿਆਰੀ ਵਧੀਆ ਕਰੀਏ ਰਿਲੀਜੀਅਸ ਸੈਂਟੀਮੈਂਟ ਵੀ ਹੁੰਦੇ ਆ ਜੀ ਕਿ ਰਿਲੀਜੀਅਸ ਵੈਲਿਊ ਕੀ ਆ ਜੀ ਧਰਮ ਦੇ ਤੌਰ ਤੇ ਕੀ ਚੀਜ਼ ਕਰਨੀ ਚਾਹੀਦੀ ਜਿਵੇਂ ਕਿ ਅੱਜ ਫਰਾਈਡੇ ਆ ਤਾਂ ਥਰਸਡੇ ਇਹ ਨਹੀਂ ਕਰਨਾ ਸੈਟਰਡੇ ਇਹ ਨਹੀਂ ਕਰਨਾ ਜਾਂ ਇਸ ਤਰੀਕੇ ਨਾਲ ਆਪਾਂ ਇੱਕ ਪਾਸੇ ਇਹ ਕਹੀ ਜਾਂਦੇ ਆ ਕਿ ਜਿਹੜਾ ਪਰਮਾਤਮਾ ਉਹ ਭਾਵ ਦੇਖਦਾ ਹੈ ਜੀ ਕਿ ਕਿਸ ਤਰੀਕੇ ਦਾ ਭਾਵ ਸੀ ਭਗਤ ਦਾ ਦੂਸਰੇ ਪਾਸੇ ਆਪਾਂ ਇਹ ਕਹਿੰਦੇ ਆ ਕਿ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕਿ ਆਪਾਂ ਫਿਰ ਆਪਾਂ ਹੱਥ ਜੋੜ ਕੇ ਆਪਾਂ ਇਹ ਕਹਿ ਸਕਦੇ ਆ ਕਿ ਆਹ ਲਈ 1 ਲੱਖ ਦੀ ਡੋਨੇਸ਼ਨ ਆ ਆਹ ਕੰਮ ਕਰਦੀ ਨਹੀਂ ਹੱਥ ਜੋੜ ਕੇ ਇਹ ਫਿਰ ਇਹਦਾ ਮਤਲਬ ਕੀ ਹੋਗਾ ਕਿ ਪਰਮਾਤਮਾ ਵੀ ਰਿਸ਼ਵਤ ਲੈ ਰਿਹਾ ਹੈ ਜੇ ਪੈਸੇ ਨਾਲ ਹੀ ਕੰਮ ਹੁੰਦਾ ਹੋਵੇ ਤਾਂ ਇਹ ਮੋਰਲ ਵੈਲਿਊਜ਼ ਨਾਲ ਚੀਜ਼ਾਂ ਚੱਲਦੀਆਂ ਸੋਸ਼ਲ ਐਟੀਟਿਊਡ ਆਪਣਾ ਕੀ ਹੈ ਕਿ ਕਿਸੇ ਨੂੰ ਆਪਾਂ ਕਿਸ ਤਰੀਕੇ ਨਾਲ ਹੈਲਪ ਕਰਦਾ ਜਿਵੇਂ ਕੋ ਮਹਿਨ ਸੀਗਾ ਉਹ ਕੀ ਕਰਦਾ ਜੀ ਕਿ ਬ੍ਰੈਡ ਲੈ ਕੇ ਆਂਦਾ ਕੁਝ ਆਪਣੇ ਲਈ ਵੀ ਆ ਹੋ ਸਕਦਾ ਹੋਵੇ ਕਿ ਮੇਰੇ ਕੋਲ ਇਨੀ ਪਹੁੰਚ ਨਹੀਂ ਹੈਗੀ ਬਟ ਫਿਰ ਵੀ ਮੈਂ ਇਹਨਾਂ ਲਈ ਕੋਈ ਚੋਰੀ ਕਰਕੇ ਜਾਂ ਕੁਝ ਛੁਪਾ ਕੇ ਇਹਨਾਂ ਦੀ ਹੈਲਪ ਕਰ ਰਿਹਾ ਹਾਂ ਤੇ ਕੁਝ ਤਰ੍ਹਾਂ ਦੇ ਅਲੱਗ-ਅਲੱਗ ਬਿਹੇਵੀਅਰ ਜਿਵੇਂ ਰੋਬਨ ਹੁੱਡ ਸੀ ਉਹਦਾ ਬਿਹੇਵੀਅਰ ਆਪਸ ਦੀ ਜਿਹੜੀ ਟ੍ਰੂਪਸ ਦੇ ਅੰਦਰ ਸੀਗਾ ਉਹ ਅਲੱਗ ਸੀਗਾ ਸੋਸਾਇਟੀ ਦੇ ਲਈ ਅਲੱਗ ਸੀਗਾ ਤੇ ਬਾਕੀਆਂ ਦੇ ਲਈ ਕੀ ਸੀਗਾ ਜੀ ਕਿ ਨਹੀਂ ਜਿਹੋ ਉਹ ਚੋਰੀ ਕਰਦੇ ਆ ਆਮ ਤੌਰ ਤੇ ਸੀ ਕਿ ਅਮੀਰਾਂ ਤੋਂ ਲੈ ਕੇ ਆਪਦੇ ਨਾਲ ਦੇ ਸਾਥੀਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀਗਾ ਤਾਂ ਇਹ ਇੱਕ ਮੋਰਲ ਡਵੈਲਪਮੈਂਟ ਦੇ ਅਲੱਗ ਅਲੱਗ ਸਟੇਜਿਸ ਨੇ ਇਹ ਜੀ ਕੋਲਬਰਗ ਨੇ ਜੀ ਜੋ ਇਮੇਜ ਦੇ ਵਿੱਚ ਨੇ ਅਮਰੀਕਨ ਸਾਈਕੋਲੋਜਿਸਟ ਹੈ everyone goes through the stages of sequentially without skipping any stage inna da hi manna si ki jinna vi stages aa koi vi bachcha ya koi vi person jehda aj tak agge vadheya kise chee nu skip nahi kar sakda that is people do not automatically move from one stage to next as they mature in the development movement often a person notices the inadequacy in his or her present way of coping with the moral dilemma ਕਿ ਜੇ ਕਿਸੇ ਨੇ ਸਕਿਪ ਕੀਤਾ ਤਾਂ ਉਹ ਅੰਦਰੂਨੀ ਇਹ ਜਾਣਦਾ ਹੋਵੇਗਾ ਕਿ ਇਹ ਚੀਜ਼ ਮੈਨੂੰ ਪਤਾ ਸੀ ਜਾਂ ਇਹ ਚੀਜ਼ ਮੇਰੇ ਤੁਪ ਲਿਖੇ ਚ ਰਹਗੀ ਜਾਂ ਇਨ ਐਡਿਕੁਐਸੀ ਹੋਊਗੀ ਮੈਨੂੰ ਇਸ ਚੀਜ਼ ਦਾ ਆਈਡੀਆ ਨਹੀਂ ਸੀਗਾ ਮੈਂ ਉਸ ਲਈ ਰੈਡੀ ਨਹੀਂ ਸੀਗਾ ਮੇਰ ਤੋਂ ਹੀ ਗਲਤੀ ਹੋ ਚੁੱਕੀ ਹੈ ਬੈਨੇ ਪਰਸਨ ਨੋਟਿਸ ਇਨ ਐਡਿਕੁਐਸੀ ਇਨ ਹਰ ਔਰ ਪ੍ਰੈਜ਼ੈਂਟ ਵੇ ਆਫ ਕਾਪਿੰਗ ਕਿ ਆਪਾਂ ਉਸ ਚੀਜ਼ ਨਾਲ ਹੁਣ ਵੀ ਤਾਂ ਇਨਐਡਿਕੁਏਟ ਇਨਫੋਰਮੇਸ਼ਨ ਹੈ ਜੀ ਕਈ ਬੱਚਿਆਂ ਲਈ ਕੀ ਜੀ ਕਿ 26 ਮਈ ਨੂੰ ਪੇਪਰ ਹੈ ਜੀ ਤੁਸੀਂ ਫਾਰਮ ਕਿਉਂ ਨਹੀਂ ਭਰਾ ਰਹੇ ਜੀ ਨੋਟੀਫਿਕੇਸ਼ਨ ਆ ਗਈ ਕਿ 26 ਮਈ 2024 ਨੂੰ ਪੇਪਰ ਹੈ ਜਾਂ ਸੀਟੈਟ ਦੀ ਨੋਟੀਫਿਕੇਸ਼ਨ ਆ ਗਈ ਨਾਲ ਦੇ ਨਾਲ ਫਾਰਮ ਲੌਗਇਨ ਹੋਣਾ ਸ਼ੁਰੂ ਹੋ ਗਿਆ ਪੇਮੈਂਟ ਹੋਣੀ ਸ਼ੁਰੂ ਹੋ ਗਈ ਐਗਜ਼ਾਮ ਦੀ ਡੇਟ ਆ ਜੇ ਕਿ ਇਸ ਤਰੀਕੇ ਨਾਲ ਐਗਜ਼ਾਮ ਹੋਏਗਾ ਤਾਂ ਉਹੀ ਇਨੈਡੇਕੁਐਸੀ ਹੈ ਕਿ ਪੜ੍ਹਨਾ ਚਾਹੀਦਾ ਹੈ ਜਾਂ ਨਹੀਂ ਪੜ੍ਹਨਾ ਚਾਹੀਦਾ ਜਿਆ ਪੋਸਟਪੋਨ ਤਾਂ ਨਹੀਂ ਹੁੰਦਾ ਇਹ ਸਾਰੀਆਂ ਚੀਜ਼ਾਂ ਦੀ ਮੋਰੈਲਟੀ ਦੀ ਗੱਲ ਕਰ ਰਹੇ ਕਿ ਆਪਾਂ ਉਸ ਤਰੀਕੇ ਨਾਲ ਹੀ ਮੂਵ ਕਰਦੇ ਆਂ ਤੇ ਆਪਾਂ ਕਦੇ ਵੀ ਕੋਈ ਸਟੇਜ ਨੂੰ ਸਕਿਪ ਨਹੀਂ ਕਰਦੇ ਹਰ ਇੱਕ ਚੀਜ਼ ਦੇ ਵਿੱਚੋਂ ਆਪਾਂ ਨੂੰ ਲੰਘਣਾ ਪਊਗਾ ਹੀ ਪਊਗਾ people cannot understand more reasoning more than one stage ahead of their own example of person in stage 1 can understand stage 2 reasoning but nothing beyond that means je 2 saal da ta 4 saal di idea naal thoda thoda idea hovega 4 wale nu 6 da aauga hun aapan nu apni age de hisab naal thoda j aage da idea hai pichhla wala idea da sara hai ਥੋੜਾ ਜਾ ਅੱਗੇ ਦਾ ਆਈਡੀ ਹੁਣ ਆਪ ਨੂੰ ਇਹ ਨਹੀਂ ਪਤਾ 50 ਸਾਲ ਦਾ ਕੀ ਹੈ 40 ਦਾ ਕੀ ਹੈ 35 ਦਾ ਕੀ ਹੈ 32 ਦਾ ਕੀ ਹੈ 28 ਦਾ ਕੀ ਹੈ ਉਹ ਸਾਰੇ ਚੀਜ਼ਾਂ ਐਸ ਪਰ ਯੋਰ ਏਜ ਜਿਵੇਂ ਕਿ ਆਪਣੀ ਜਿਹੜੀ ਆਡੀਅנס ਹੈ ਉਹਦੇ ਵਿੱਚ ਕੀ ਹੈ ਜੀ ਕੁਝ ਮੈਰਿਡ ਸਟੂਡੈਂਟ ਨੇ ਕੁਝ ਅਨਮੈਰਿਡ ਸਟੂਡੈਂਟ ਨੇ ਉਸ ਵੇਲੇ ਕੁਝ ਮੈਰਿਡ ਨੇ ਨਿਊਲੀ ਮੈਰਿਡ ਨੇ ਉਸ ਵੇਲੇ ਮੈਰਿਡ ਵਿਦ ਕਿਡਸ ਹੈ ਮੈਰਿਡ ਵਿਦ ਰਿਸਪਾਂਸਿਬਿਲਟੀਜ਼ ਹੈ ਮੈਰਿਡ ਵਿਦ ਜੌਬ ਹੈ ਬਹੁਤ ਸਾਰੇ ਜਿਹੜੀ ਆਪਣੀ ਆਡੀਅנס ਹੈ ਇਸ ਕੈਟਾਗਰੀ ਦੇ ਅੰਦਰ ਹੈਗੇ ਜੋ ਇਹ ਚੀਜ਼ਾਂ ਦੇਖ ਰਹੇ ਨੇ ਕਲਾਸਿਸ ਨੂੰ ਦੇਖ ਰਹੇ ਨੇ ਐਪ ਤੇ ਵੀ ਦੇਖ ਰਹੇ ਨੇ YouTube ਦੇ ਉੱਪਰ ਵੀ ਦੇਖ ਰਹੇ ਨੇ ਤੇ ਆਪਣੇ ਕੋਲ ਬ੍ਰਾਈਟ ਅਕੈਡਮੀ ਦੇ ਵਿੱਚ 15 ਦੇ ਵਿੱਚ ਆਫਲਾਈਨ ਦੇ ਵਿੱਚ ਵੀ ਸਟੱਡੀ ਕਰ ਰਹੇ ਨੇ ਤਾਂ ਉਹ ਸਾਰਾ ਕੀ ਆਪਾਂ ਨੂੰ ਥੋੜਾ ਥੋੜਾ ਅੱਗੇ ਆਈਡੀਆ ਹੋਊਗਾ ਆਪਾਂ ਇੱਕਦਮ ਜੰਪ ਨਹੀਂ ਕਰ ਸਕਦੇ ਕੂਲ ਬਰਗ ਦਾ ਇਹ ਕ ਇਸ ਚੁਰਾਹੇ ਤੇ ਆ ਗਏ ਇਹ ਪਤਾ ਨਹੀਂ ਕਿੱਧਰ ਜਾ ਸਕਦੇ ਕਿੱਧਰ ਨਹੀਂ ਜਾ ਸਕਦੇ ਤਾਂ ਡਾਇਰੈਕਸ਼ਨ ਕੀ ਹੈ ਤੁਸੀਂ ਦੇਖਿਆ ਹੋਊਗਾ ਇਹ ਸਾਰੀ ਸਲਾਈਡ ਦੇ ਉੱਪਰ ਕੰਪਾਸ ਬਣੀ ਹੋਈ ਹੈ ਕਿ ਕਈ ਵਾਰ ਆਪਣਾ ਝੁਕਾ ਕੇ ਕਿੱਧਰ ਨੂੰ ਹੋ ਗਿਆ ਕਦੇ ਕਿੱਧਰ ਨੂੰ ਝੁਕਾ ਹੋ ਗਿਆ ਤਾਂ ਉਸ ਦਾ ਮਤਲਬ ਇਹ ਨਾਲ-ਨਾਲ ਚੱਲ ਰਿਹਾ ਹੈ ਪ੍ਰੀ ਕਨਵੈਨਸ਼ਨਲ ਜਿਹੜੀ ਸਟੇਜ ਹੋਊਗੀ ਦੋ ਹੋਣਗੀਆਂ ਜਿਹੜਾ ਮੈਂ ਤੁਹਾਨੂੰ ਕੁਐਸਚਨ ਸਮਝਾਇਆ ਸੀ ਇਹ ਪੁੱਛਿਆ ਜਾਊਗਾ ਕਨਵੈਨਸ਼ਨਲ ਮੋਰਲ ਦੇ ਵਿੱਚ ਆਹ ਚੀਜ਼ ਹੋ ਰਹੀ ਹੈ ਇਹ ਸਟੇਜ 3 ਦਾ ਪਾਰਟ ਆ ਜਾਂ ਸਟੇਜ 4 ਦਾ ਮੈਂ ਤੁਹਾਨੂੰ ਹੁਣ ਵੀ ਦੱਸਿਆ ਜਦੋਂ ਸਵਾਲ ਕਰਾਵਾਂਗੇ ਇਹਨਾਂ ਜਿਹੜੇ ਪੇਪਰ 'ਚ ਆਏ ਹੋਏ ਆ ਉ ਪੂਸਤ ਕਨਵੈਨਸ਼ਨ ਦੇ ਹਰ ਇੱਕ ਤਿੰਨ ਸਟੇਜਾਂ ਹੈ ਅਲੱਗ-ਅਲੱਗ ਸਟੂਡੈਂਟ ਸਿਕਸ ਸਟੇਜਿਸ ਆ ਤਿੰਨ ਲੈਵਲ ਨੇ ਟੋਟਲ 6 ਹੋਗੇ ਇਹਨਾਂ ਦੇ ਵਿੱਚੋਂ ਅਲੱਗ-ਅਲੱਗ ਤਰੀਕੇ ਨਾਲ ਆਪਾਂ ਨੂੰ ਜਿਵੇਂ ਪਿਆਜੇਟ ਦੇ ਆਪਾਂ ਕੁਐਸਚਨ ਕੀਤੇ ਸੀਗੇ 20 ਪਲੱਸ ਉਹਦੇ ਵਿੱਚ ਜਿਵੇਂ ਆਪਾਂ ਸਾਰਾ ਪ੍ਰੈਕਟਿਸ ਕੀਤੀ ਸਾਰੀ ਸਟੇਜਿਸ ਦੀ ਉਵੇਂ ਹੀ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਾਂਗੇ ਇਸ ਤਰੀਕੇ ਨਾਲ ਸਵਾਲ ਆਪਾਂ ਨੂੰ ਪੁੱਛੇ ਜਾਂਦੇ ਪਹਿਲਾਂ ਆਪਾਂ ਇਹ ਚੀਜ਼ ਪੁੱਛ ਚੁੱਕੇ ਹਾਂ ਸਮਝ ਚੁੱਕੇ ਹਾਂ ਕਿ ਪਹਿਲੀ ਸਟੇਜ ਕੀ ਸੀ ਜਾਂ ਕਿਸ ਤਰੀਕੇ ਨਾਲ ਜਿਹੜੇ ਕੋਲ ਬਰਕਸੀ ਉਹ ਦੱਸਦੇ ਸੀ ਹਾਂਜੀ ਜਿਹੜਾ ਪਹਿਲਾ ਲੈਵਲ ਹੈ ਜੀ ਪ੍ਰੀ ਕਨਵੈਨ morality ਆਪਾਂ ਕਹਿ ਦਿੰਨੇ ਆ 029 ਇਅਰ ਤੱਕ ਚੱਲਦਾ ਹੈ ਪਹਿਲਾ ਪੁਆਇੰਟ ਦੱਸਿਆ ਜਾ ਰਿਹਾ ਓਬੇ ਦੀ ਰੂਲਜ਼ ਇਨ ਆਰਡਰ ਟੂ ði ਅਵੋਇਡ ਪਿਨਿਸ਼ਮੈਂਟ ਹੁਣ ਆਪਾਂ ਇਹਦੇ ਵਿੱਚ ਇਹ ਚੀਜ਼ ਸਿੱਖਦੇ ਆਂ ਕਿ ਆਪਾਂ ਨੂੰ ਕੀ ਫਾਲੋ ਕਰਨਾ ਹੈ ਜੇ ਰੂਲ ਨੂੰ ਫਾਲੋ ਕਰਨਾ ਹੈ ਜੇ ਰੂਲ ਫਾਲੋ ਨਹੀਂ ਕਰਾਂਗੇ ਤਾਂ ਪਿਨਿਸ਼ਮੈਂਟ ਮਿਲੇਗੀ ਹਾਂ ਕੋਈ ਅੰਦਰੂਨੀ ਸਮਝ ਨਹੀਂ ਹੋਵੇਗੀ ਕਿ ਬਸ ਕਿ ਪਿਨਿਸ਼ਮੈਂਟ ਤੋਂ ਬਚਣ ਲਈ ਆਪਾਂ ਰੂਲ ਫਾਲੋ ਕਰਾਂਗੇ ਹੁਣ ਦੇਖੋ ਟ੍ਰਾਈ ਸਿਟੀ ਦੇ ਅੰਦਰ ਜਾਂ ਚੰਡੀਗੜ੍ਹ ਦੇ ਅੰਦਰ ਕੈਮਰਾ ਲੱਗੇ ਆ ਬਟ ਫੇਰ ਵੀ ਬਹੁਤ ਸਾਰੇ ਪਰਸਨਸ ਕੈਮਰਾ ਕੈਮਰਾ ਦੇ ਹੁੰਦੇ ਹੋਏ ਵੀ ਹੈਲਮਟ ਪਾਣ ਤੋਂ ਪਰਹੇਜ਼ ਕਰਦੇ ਆ ਚਲੋ ਇਹਦਾ ਮਤਲਬ ਕੀ ਆ ਉਹ ਪਿਨਿਸ਼ਮੈਂਟ ਤੋਂ ਨਹੀਂ ਬਚੇ ਪਰ ਜਿਹੜੀ ਸਕਲ ਹੈ ਲਾਈਫ ਦੀ ਕੋਈ ਵੈਲਿਊ ਨਹੀਂ ਉਸ ਮੋਰਲਸ ਨੂੰ ਵੀ ਉਹ ਖਤਮ ਕਰ ਦਿੰਦੇ ਆ ਜਾਂ ਕੁਝ ਪਰਸਨਸ ਹੁੰਦੇ ਆ ਨੰਬਰ ਪਲੇਟ ਦੇ ਉੱਪਰ ਕਲੋਥ ਲਗਾਤਾ ਕੋਈ ਕਾਗਜ਼ ਲਗਾਤਾ ਕਿ ਉਹ ਸਕੈਨ ਦੇ ਵਿੱਚ ਨਹੀਂ ਆਏਗਾ ਇਸ ਤਰੀਕੇ ਦੇ ਮੋਰੈਲਟੀਆਂ ਨੇ ਕਿ ਨਹੀਂ ਜੀ ਸਾਡੇ ਤਾਂ ਜ਼ਰੂਰਤ ਸੀ ਜੀ ਸਾਡਾ ਤਾਂ ਕੋਈ ਕਾਰਨ ਸੀਗਾ ਜੀ ਸਾਡੇ ਕੋਲ ਨਹੀਂ ਹੈਗਾ ਸੀਗਾ determines the sense of right and wrong what is be is considered what is not ਇਹ ਆਪਾਂ ਦੇਖਿਆ ਕਿ ਨੰਬਰ ਪਲੇਟ ਦੇ ਉੱਪਰ ਕੁਝ ਲਗਾਣਾ ਜਾਂ ਸਲਿੱਪ ਰੋਡ ਤੋਂ ਜਾਣਾ ਇਹ ਮੈਂ ਚੰਡੀਗੜ੍ਹ ਦੇ ਟ੍ਰੈਫਿਕ ਰੂਲ ਦੀ ਗੱਲ ਕਰ ਰਿਹਾ ਜਾਂ ਜਿਵੇਂ ਆਪਾਂ ਬੈਲਟ ਦੀ ਗੱਲ ਕਰੀ ਜਾਂ ਉਹ ਇੱਥੇ ਕ ਬਲੈਕ ਇਮੇਜਿਸ ਵੀ ਲਾਊਡ ਨਹੀਂ ਫਿਲਮ ਵੀ ਲਾਊਡ ਨਹੀਂ ਜਦੋਂ ਵੀ ਟ੍ਰਾਈ ਸਿਟੀ ਤੋਂ ਤੁਸੀਂ ਦੇਖਿਆ ਵੀ ਹੋਏਗਾ ਜਾਂ ਖੁਦ ਵੀ ਐਕਸਪੀਰੀਅੰਸ ਕੀਤਾ ਹੋਗਾ ਜਦੋਂ ਜ਼ੀਰਕਪੁਰ ਤੋਂ ਮੁਹੱਲੀ ਤੋਂ ਇੱਕਦਮ ਆਪਾਂ ਚੰਡੀਗੜ੍ਹ ਜੈਂਟਰ ਕਰਦੇ ਆ ਤਾਂ ਮੋਰੈਲਟੀ ਵਾਈਜ਼ ਕੀ ਹੁੰਦਾ ਉਹ ਹੁਣ ਠੀਕ ਹੋ ਜੋ ਤਾਂ ਚੰਡੀਗੜ੍ਹ ਦੇ ਹਿਸਾਬ ਨਾਲ ਹੀ ਡਰਾਈਵ ਕਰਨੀ ਹੈ ਅਕੋਰਡਿੰਗੂ ਕੈਮਰਾਜ਼ ਵੀ ਹੈ ਇੱਥੇ ਸੈਂਸਰਜ਼ ਵੀ ਨਾਲ-ਨਾਲ ਨੇ ਨਾਲ-ਨਾਲ ਆਪਣੀ ਜਿਹੜੀ ਸਪੀਡ ਆ ਉਹ ਵੀ ਨਾਲ-ਨਾਲ ਚੈੱਕ ਹੁੰਦੀ ਹੈ ਉਹਦੇ ਲਈ ਵੀ ਰੇਂਜਿਸ ਸੈੱਟ ਹੁੰਦੀਆਂ ਨੇ ਕੈਮਰਾਜ਼ ਜਿਹੜੇ ਕਾਪਸ ਨੇ ਉਹ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਓਬੇ ਸੁਪੀਰੀਅਰ ਅਥਾਰਟੀ ਅਲਾਉਦੀ ਅਥਾਰਟੀ ਟੂ ਮੇਕ ਦੀ ਰੂਲਸ اسپੈਸ਼ਲੀ ਇਫ दैट ਅਥਾਰਟੀ ਹੈਜ਼ ਦੀ ਪਾਵਰ ਟੂ ਇਨਫਲਿਸਿਟ ਦੀ ਪੇਨ ਉਸ ਅਥਾਰਟੀ ਦੇ ਸਹਾਰ ਨਾਲ ਜਿਵੇਂ ਆਪਾਂ ਕਾਪਸ ਦੀ ਗੱਲ ਕੀਤੀ ਕਿ ਆਪਾਂ ਨੂੰ ਹੀ ਪਤਾ ਕਿ ਉਹ ਰੂਲਸ ਇਸ ਤਰੀਕੇ ਨਾਲ ਬਣਾ ਰਹੇ ਨੇ ਜਿਵੇਂ ਆਪਣੇ ਦੇ ਰਾਜ ਦੇ ਅੰਦਰ ਇਹ ਰੂਲ ਪਾਸ ਹੋ ਗਿਆ ਜੀ ਕਿ ਕੁਝ ਡੌਗਸ ਦੀ ਬਰੀਡਸ ਨੂੰ ਨਾ ਹੀ ਸੈੱਲ ਕੀਤਾ ਜਾਊਗਾ ਨਾ ਹੀ ਅੱਗੇ ਉਹਨਾਂ ਤੋਂ ਬਰੀਡਿੰਗ ਕਰਵਾਈ ਜਾਏਗੀ ਜੇ ਜਿਵੇਂ ਆਪਾਂ ਦੇਖਿਆ ਕਿ ਆਸ-ਪਾਸੇ ਬਹੁਤ ਸਾਰੇ ਨੰਬਰ ਆਫ ਇਨਸੀਡੈਂਟ ਪਿਛਲੇ 2-3 ਸਾਲਾਂ ਤੋਂ ਵਧ ਰਹੇ ਨੇ ਜੋ ਕਿ ਬੱਚਿਆਂ ਦੇ ਉੱਪਰ ਅਨਇਵਨ ਅਟੈਕਸ ਹੋ ਜਾਂਦੇ ਨੇ ਤੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਖਰਾਬ ਹੋ ਜਾਂਦੀ ਹੈ ਸਰਟਨ ਡੌਗ ਬਾਈਟਸ ਕਹੋ ਜਾਂ ਕਾਫੀ ਮਾਲਕਾਂ ਦੇ ਵੀ ਜਾਂ ਹੋਰ ਆਸ-ਪਾਸੇ ਪੜੋਸੀਆਂ ਦੇ ਵੀ ਡੈਥ ਦਾ ਕਾਰਨ ਬਣਿਆ ਸੁਪੀਰੀਅਰ ਅਥਾਰਟੀ ਤੇ ਆਪਾਂ ਅਲਾਉ ਕਰਾਂਗੇ ਕਿ ਤੁਸੀਂ ਰੂਲ ਬਣਾ ਦਿਓ ਜਾਂ ਤੁਸੀਂ ਦੇਖਿਆ ਹੋਵੇਗਾ ਕਿ ਬਾਰਡਰ ਦੇ ਰਿਗਾਰਡਿੰਗ ਵੀ ਟ੍ਰਾਈ ਸਿਟੀ ਦੇ ਅੰਦਰ ਰੂਲਸ ਨੇ ਕਿ ਆਪਾਂ ਓਪਨ ਵਾਸ਼ ਨਹੀਂ ਕਰ ਸਕਦੇ ਕਾਰਿਆਂ ਜੇ ਪਾਣੀ ਗਰੇਗਾ ਦਾ ਉਹਦੇ ਲਈ ফাইন ਆਪਾਂ ਨੂੰ ਦੇਣਾ ਪਏਗਾ ਕਿਉਂਕਿ ਕੋਈ ਵੀ ਫੋਟੋ ਕਲਿੱਕ ਕਰਕੇ एमसीडी ਨੂੰ ਭੇਜ ਸਕਦਾ ਹੈ ਇਜ਼ ਰਿਸਪਾਂਸਿਬਲ ਟੂ ਰੂਲਸ विल ਅਫੈਕਟ ਇਜ਼ ਆਰ ਫਿਜ਼ੀਕਲ ਵੈਲਵਿੰਗ ਡੈਫੀਨਿਟਲੀ ਕਿ ਜਦੋਂ ਆਪਾਂ ਕੋਈ ਵੀ ਗਲਤ ਕੰਮ ਕਰਾਂਗੇ ਤਾਂ ਫਿਜ਼ੀਕਲ ਵੈਲਵਿੰਗ ਵੀ ਖਰਾਬ ਹੋਏਗੀ ਜਿਹਾ ਜਿਵੇਂ ਇੱਕ ਛੋਟੀ ਜਿਹੀ ਐਗਜ਼ੈਂਪਲ ਰੀਸੈਂਟ ਹੀ ਆ ਪਿਛਲੇ ਹਫਤੇ ਦੀ ਜਿਹਦੇ ਵਿੱਚ ਇੱਕ ਪਰਸਨ ਸੀ ਉਹਦਾ ਚਲਾਨ ਪੇਸ਼ ਕਰਨਗੇ ਲੋਕ ਅਦਾਲਤ ਦੇ ਅੰਦਰ ਉਹਨਾਂ ਨੂੰ ਸੀ ਕਿ ਮੈਂ ਉਹਦਾ ਲਾਇਸੈਂਸ ਲੈ ਲਾਂਗਾ ਪਰ ਉਹਨਾਂ ਦੇ ਜਿਹੜੇ ਆਫੈਂਡਰ ਸੀਗੇ ਉਹ ஆன்ਲਾਈਨ ਦੇ ਬਹੁਤ ਸਾਰੇ ਚਲਾਨ ਸੀਗੇ ਬਹੁਤ ਸਾਰੀ ਸਨੈਪ ਸੀ 2.2 ਲੱਖ ਰੁਪਏ ਦੇ ਚਲਾਨ ਉਹਨਾਂ ਦੇ ਆਲਰੇਡੀ ਇਕੱਠੇ ਹੋਏ ਪਏ ਸੀ ਨਾਲ ਉਹਨਾਂ ਨੂੰ ਇੰਪ੍ਰੀਜ਼ਨਮੈਂਟ ਵੀ ਹੋਏ ਹਾਂਜੀ ਲੈਵਲ 1 ਪ੍ਰੀ ਕਨਵੈਨਸ਼ਨਲ ਦੇ ਨਾਲ-ਨਾਲ ਮੋਟੀਵੇਟਿਡ ਬਾਇ ਵੈਗਨੈਂਸ ਜਾਂ ਫਿਰ ਆਪਾਂ ਕਹਿੰਦੇ ਆਈ ਫਨ ਆਈ ਫਲਸਫੀ ਜਿਵੇਂ ਆਪਾਂ ਗਾਂਧੀ ਦੇ ਹਿਸਾਬ ਨਾਲ ਕਹਿ ਲਓ ਜਾਂ ਹੋਰ ਤਰੀਕੇ ਨਾਲ ਕਿ ਇੱਕ ਅੱਖ ਦੇ ਬਦਲੇ ਅੱਖ ਲੈਣਾ ਇਹ ਜਿਹੜਾ ਕਿ ਜੇ ਤੁਸੀਂ ਆ ਕਰੋਗੇ ਤਾਂ ਮੈਨੂੰ ਵੀ ਆਹੀ ਚੀਜ਼ ਦੇਣੀ ਪਵੇਗੀ ਇਟ ਇਜ਼ ਸੈਲਫ ਅਬਜ਼ੋਰਡ ਵਾਈਲ ਅਸਿਊਮਿੰਗ ਥੈਟ ਹੀ অর ਸ਼ੀ ਇਜ਼ ਜਨਰ ਜਿਵੇਂ ਆਪਾਂ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਕਿ ਨਹੀਂ ਤਾਂ ਭਾਈ ਇਮਾਨਦਾਰ ਆ ਇਹ ਸੂਫੀ ਬੰਦਾ ਹੈ ਜਾਂ ਇਹ ਕੋਈ ਨੁਕਸਾਨ ਨਹੀਂ ਕਰੇਗਾ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਲੋ ਜਿਹੜਾ ਆਪਾਂ ਰੀਸੈਂਟ ਕ੍ਰਾਈਮ ਹੋਇਆ ਸੀ ਲਾਸਟ ਈਅਰ ਸ਼ਰਦਾ ਮਰਡਰ ਕੇਸ ਦੇ ਰਿਗਾਰਡਿੰਗ ਸੀਗਾ ਜਾਂ ਜਿਵੇਂ ਉਹਦੇ ਵਿੱਚ ਇੱਕ ਪਰਸਨ ਨੇ ਸੋਸ਼ਲ ਮੀਡੀਆ ਦੇ ਉੱਪਰ ਕੀ ਪਾਇਆ ਹੋਇਆ ਸੀਗਾ ਕਿ ਬਹੁਤ ਸਾਰੇ ਚੀਜ਼ਾਂ ਵਧੀਆ ਆ ਸੋਸ਼ਲ ਏਮਪਾਵਰਮੈਂਟ ਔਮਨ ਏਮਪਾਵਰਮੈਂਟ ਐਂਡ ਆਲ ਇਹ ਉਹ ਸਾਰੇ ਚੀਜ਼ਾਂ ਬਾਤੀਆਂ ਅਜ਼ਿਊਮ ਕੀਤਾ ਜੀ ਕਿ ਉਹਦੇ ਕਾਫੀ ਵਧੀਆ ਰਿਸਪੈਕਟ ਹੈ ਜੀ ਹਰ ਇੱਕ ਪਰਸਨ ਦੇ ਪ੍ਰਤੀ ਲੇਕਿਨ ਉਹਨੇ ਦੇਖੋ ਕਿੰਨਾ ਹੀ ਨੇਸ ਕਿੰਨਾ ਗਲਤ ਕਰਾਇਮ ਕੀਤਾ ਕਿ ਬੋਡੀ ਨੂੰ ਨੰਬਰ ਆਫ ਪੀਸੀ ਦੇ ਵਿੱਚ ਹਜ਼ਾਰਾਂ ਦੇ ਵਿੱਚ ਉਹਨਾਂ ਨੰਬਰੋਂ ਪੇਜੀਸ ਉਹਨਾਂ ਦੇ ਵਿੱਚ ਜਿਹੜੀ ਚਾਰ ਸ਼ੀਟ ਬਣਾ ਕੇ ਪੇਸ਼ ਕੀਤੀ ਸੀ ਬੀਆਈ ਨੇ ਬਲੀਵਜ਼ ਇਨ ਇਕੁਅਲ ਸ਼ੇਅਰਿੰਗ ਇਨ ਥੈਟ एवरीवन ਗੈਟ ది ਸੇਮ ਰਿਗਾਰਡਲੈਸ ਆਫ ਦਿ ਨੀਡ ਉਹ ਕਹਿੰਦੇ ਨੀਡ ਜੇ ਮਰਜ਼ੀ ਹੋਵੇ ਹਰ ਇੱਕ ਨੂੰ ਸੇਮ ਮਿਲੇਗਾ ਕਿਉਂਕਿ ਆਈ ਟੂ ਆਈ ਫਿਲਾਸਫੀ ਹੈ ਕਿ ਅੱਖ ਦੇ ਦਿਓ ਫਿਰ ਕੀ ਫਾਇਦਾ ਦੇਣ ਦਾ believe that and justifies the means will do a favor only to get a favor expect to rewarded for every non selfish deed ਆਪਾਂ ਹਮੇਸ਼ਾ ਹੀ ਐਕਸਪੈਕਟ ਕਰਾਂਗੇ ਕਿ ਮੈਨੂੰ ਰਿਵਾਰਡ ਦਿੱਤਾ ਜਾਏਗਾ ਮੈਨੂੰ ਇਹ ਚੀਜ਼ਾਂ ਜਿਵੇਂ ਆਪਾਂ ਕਈ ਪਰਸਨ ਕੀ ਕਹਿੰਦੇ ਆ ਜੀ ਜਿਵੇਂ ਆਪਾਂ ਪਹਿਲਾਂ ਵੀ ਕਲਾਸ ਦੱਸਿਆ ਸੀ YouTube ਤੇ ਕਿ ਕਈਆਂ ਨੂੰ ਲੱਗਦਾ ਯਾਰ ਮੈਂ ਹੀ ਕਿਉਂ ਕਿਸੇ ਦੇ ਕੰਮ ਆ ਰਿਹਾ ਜਾਂ ਕਈਆਂ ਨੂੰ ਲੱਗਦਾ ਥੈਂਕਸ ਟੂ ਅਲਮਾਈਟੀ ਪਰਮਾਤਮਾ ਬਹੁਤ ਸ਼ੁਕਰ ਹੈ ਕਿ ਮੈਂ ਕਿਸੇ ਦੇ ਕੰਮ ਤਾਂ ਆ ਰਿਹਾ ਉਹਦੇ ਵਿੱਚ ਆ ਜਿਹੜੀ ਫਿਲਾਸਫੀ ਹੈ ਇਹ ਖਤਮ ਹੋ ਜੇਗੀ ਹੁਣ ਜੇ ਮੈਂ ਮੰਨ ਲਵਾਂ ਕਿਸੇ ਦੇ ਕੰਮ ਆ ਰਿਹਾ ਆਪਾਂ ਇਹ ਥੋੜੀ ਕਾਵਾਂਗੇ ਕਿ ਮੇਰੇ ਲਈ ਕੋਈ ਕੰਮ ਆਵੇ ਕੋਈ ਬਾਤ ਨਹੀਂ ਆਪਾਂ ਆਪਦੀ ਕੈਪੇਬਿਲਟੀ ਹੈਗੀ ਹੈ ਆਪਾਂ ਆਪਦਾ ਸਾਰਾ ਖੁਦ ਮੰਨ ਕੇ ਆਪਾਂ ਦੇ ਹੈਲਪ ਕਰ ਲਾਂਗੇ ਜੋ ਆਲਰੇਡੀ ਤੁਸੀਂ ਦੂਸਰੇ ਹੈਲਪ ਕਰ ਰਹੇ ਹੋ ਤੁਹਾਨੂੰ ਮੰਗਣੀ ਨਹੀਂ ਚਾਹੀਦੀ ਜੇ ਤੁਸੀਂ ਕਰ ਰਹੇ ਹੋ ਤੁਸੀਂ ਸੈਲਫ ਸਫੀਸ਼ੀਐਂਟ ਹੋ ਜਾਓਗੇ ਜਾਂ ਫਿਰ ਆ ਫਲਸਫੀ ਦੇ ਉੱਪਰ ਚੱਲਿਆ ਜਾਏਗਾ ਦੈਨ ਹੁਣ ਲੈਵਲ 2 ਆ ਗਿਆ ਜੀ ਕਨਵੈਨਸ਼ਨਲ ਮੋਰੈਲਟੀ ਆ ਗਿਆ 10 ਤੋਂ 15 ਇਅਰ ਦੀ ਪੋਸੀਬਿਲਟੀ ਦੇ ਨਾਲ ਫਾਈਂਡ ਪੀਅਰਸ ਅਪਰੂਵਲ ਵੈਰੀ ਇੰਪੋਰਟੈਂਟ ਹੁਣ ਨਾਲ ਦੋਸਤਾਂ ਦੀ ਕੀ ਮੇਰੇ ਸ਼ੂਜ਼ ਵਧੀਆ ਲੱਗ ਰਹੇ ਆ ਮੇਰੇ ਡਰੈਸ ਵਧੀਆ ਲੱਗ ਰਹੀ ਹੈ ਜਾਂ ਕਿ ਜੇ ਦੋਸਤ ਹੀ ਇੰਨੇ ਨਿੰਦਦਾ ਤਾਂ ਆਪਾਂ ਸਕੂਲ ਦੇ ਵਿੱਚ ਉਹਵੇਂ ਨਹੀਂ ਜਾਵਾਂਗੇ ਜਾਂ ਫਿਰ ਆਪਾਂ ਕਿਹਾ ਕਿ ਅੱਜ ਮੈਂ ਕਲਾਸ 'ਚ ਨਹੀਂ ਜਾਂਦਾ ਅੱਜ ਮੈਂ ਲੈਕਚਰ ਨਹੀਂ ਲਾਵਾਂਗਾ ਮੇਰਾ ਦੋਸਤ ਆਇਆ ਨਹੀਂ ਫੀਲ ਦੈਟ ਇੰਟੈਂਸ਼ਨਸ ਆਰ ਇੰਪੋਰਟੈਂਟ ਡੀਡਸ ਐਕਸਪੈਕਟ ਅਦਰਸ ਟੂ ਅਸੈਪਟ ਦੀ ਇੰਟੈਂਸ਼ਨ ਪ੍ਰੋਮਿਸ ਇਨ ਪਲੇਸ ਆਫ ਦੀ ਡੀਡ ਇਸ ਤਰੀਕੇ ਨਾਲ ਕੋਈ ਜੇ ਆਪਾਂ ਕਹਿ ਦਿੰਨੇ ਕਿ ਪ੍ਰੋਮਿਸ ਕਰਤਾ ਕਿ ਨਹੀਂ ਆਪਣੀ ਜ਼ੁਬਾਨ ਹੈ ਜੀ ਆਪਾਂ ਕੰਮ ਕਰਾਂਗੇ ਇਸ ਚੀਜ਼ ਨਾਲ ਬਿਗਿਨਸ ਟੂ ਪੁੱਟ ਹਿਮਸੈਲਫ ਹਰਸੈਲਫ ਇਨ ਅਨਦਰ ਸ਼ੂਜ਼ ਮੈਂ ਆਪਾਂ ਕਹਿਣਾ ਕਿ ਉਹਦੇ ਸ਼ੂਜ਼ ਨੂੰ ਫਿਲ ਕਰਨਾ ਉਸ ਦੇ ਜ਼ਿੰਮੇਵਾਰੀ ਨੂੰ ਸੰਭਾਲਣਾ ਥਿੰਕ ਫਰੋਮ ਦੀ ਅਨਦਰ ਪਰਸਪੈਕਟਿਵ ਆਪਾਂ ਇਹ ਸੋਚਦੇ ਹਾਂ ਕਿ ਜੇ ਤੂੰ ਮੇਰੀ ਜਗ੍ਹਾ ਹੁੰਦਾ ਤਾਂ ਕੀ ਕਰਦਾ ਜਿਵੇਂ ਹੁਣ ਮੈਂ ਤੁਹਾਨੂੰ ਹਮੇਸ਼ਾ ਹੀ ਇਸ ਗੱਲ ਤੇ ਮੋਟੀਵੇਟ ਕੀਤਾ ਜਿੰਨੇ ਵੀ ਆਫਲਾਈਨ ਸਟੂਡੈਂਟ ਆ ਆਨਲਾਈਨ ਸਟੂਡੈਂਟ ਐਪ ਦੇ ਰਿਗਾਰਡਿੰਗ ਹੈ ਇਹ ਗੱਲ ਕਹੀ ਕਿ ਜਦੋਂ ਹੀ ਐਗਜ਼ਾਮ ਦੀ ਡੇਟ ਆ ਗਿਆ ਪਤਾ ਐਗਜ਼ਾਮ ਤੋਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਹੀ ਸੀ कि ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰਪੇਅਰ ਕਰਾਂਗੇ ਕਿਉਂਕਿ ਬਹੁਤ ਸਾਰੇ ਐਕਸਪੀਰੀਅੰਸ ਆ ਉਹਨਾਂ ਕਹਿ ਰਹੇ ਕਿ ਕਈ ਵਾਰ ਬੱਚੇ ਇਸ ਟਾਪਿਕ ਦੇ ਵਿੱਚ ਮਾਰ ਖਾ ਜਾਂਦੇ ਕਿਉਂਕਿ 30 ਨੰਬਰ ਸੀਡੀਪੀ ਦੇ ਹੁੰਦੇ ਆ ਜੀ 10-10 ਨੰਬਰ ਲੈਂਗੁਏਜ ਦੇਓਗੇ ਇੰਗਲਿਸ਼ ਤੇ ਪੰਜਾਬੀ ਦੇ ਫਿਰ ਜਿਹੜੀ ਸਬਜੈਕਟ ਤੁਹਾਡੀ ਪੈਡਾਗੋਜੀ ਹੈ ਮੈਥ ਹੈ ਸਾਇੰਸ ਹੈ ਸੋਸ਼ਲ ਸਟਡੀਜ਼ ਹੈ ਉਹਦੇ ਰਿਕਾਰਡਿੰਗ ਵੀ ਸਵਾਲ ਆਪਾਂ ਨੂੰ ਪੁੱਛੇ ਜਾਂਦੇ ਐਗਜ਼ਾਮ ਦੇ ਅੰਦਰ ਬਿਗਿਨ ਟੂ ਪੁੱਟ ਹਿਮਸੈਲਫ ਆਰ ਸੈਲਫ ਔਨ ਦੀ ਨਦਰ ਸ਼ੂਜ਼ ਕਿ ਹਾਂ ਜੇ ਇੱਕ ਨੰਬਰ ਤੇ ਰਿਹਾ ਹੁੰਦੇ ਤਾਂ ਆਪਣੇ ਨਾਲ ਕੀ ਹੁੰਦਾ ਤਾਂ ਉਸ ਤਰੀਕੇ ਨਾਲ ਤੁਹਾਨੂੰ ਪ੍ਰੇਪੇਅਰ ਕਰਵਾਇਆ ਜਾ ਰਿਹਾ ਕਿ ਤੁਸੀਂ ਐਗਜ਼ਾਮ ਨੂੰ ਕੁਆਲੀਫਾਈ ਜ਼ਰੂਰ ਕਰੋ ਕਨਵੈਂਸ਼ਨਲ ਮੋਰੈਲਿਟੀ ਆ ਗਈ ਮੋਰੈਲਿਟੀ ਆ ਗਈ ਆਪਣੇ ਕੋਲ ਜੀ ਮੋਰਲ ਵੈਲਿਊਜ਼ 10 ਤੋਂ ਲੈ ਕੇ 15 ਸਾਲ ਉਮਰ ਵੀ ਕਈ ਵਾਰ ਪੁੱਛ ਲਈ ਦਿੱਤੀ ਜਾਂਦੀ ਹੈ ਹੁਣ ਲੈਵਲ 2 ਦਾ ਫੇਰ ਆ ਗਿਆ ਜੀ ਉਸੇ ਤਰੀਕੇ ਨਾਲ ਇਜ਼ ਅ ਡਿਊਟੀ ਡੂਰ ਕਿ ਆਪਾਂ ਜੀ ਕੰਮ ਕਰਾਂਗੇ ਜਿਵੇਂ ਆਪਾਂ ਕਹਿੰਦੇ ਕੀ ਕਰਦੇ ਹੋ ਡੂਰ ਹੈ ਜੀ ਬਸ ਕੰਮ ਕਰ ਰਹੇ ਹਾਂ who believes in rigid rules that should not be changed ki eh jehdeyan cheezan ji change nahi hon giyan so nu teaching de andar bhi eh shabd samjhaya si je bachche tusin naye ho ta eh word tusin likh sakde ho that is indoctrination indoctrination means change in belief teaching can be done without indoctrination bina kise vishwas badle aap paada sakde hain but indoctrination cannot be done ਵਿਦਆਊਟ ਟੀਚਿੰਗ ਬਿਨਾ ਪੜਾਏ ਇਨਡੋਕਟ੍ਰਿਨੇਸ਼ਨ ਨਹੀਂ ਹੋ ਸਕਦੀ ਜਿਵੇਂ ਕਿਸੇ ਨੇ ਕਹਿਤਾ ਕਿ ਇਹ ਚੀਜ਼ ਇਦਾਂ ਹੀ ਹੁੰਦੀ ਹੈ ਤਾਂ ਉਹ ਇੱਕ ਇਨਡੋਕਟ੍ਰਿਨੇਸ਼ਨ ਹੈ ਰਿਸਪੈਕਟ ਅਥਾਰਟੀ ਕਰਾਂਗੇ ਜੀ ਓਬੇ ਕਰਾਂਗੇ ਬਿਨਾ ਕਿਸੇ ਕੁਐਸਚਨ ਤੋਂ ਕਿ ਹਾਂ ਪ੍ਰਿੰਸੀਪਲ ਨੇ ਕਿਹਾ ਮੈਡਮ ਨੇ ਕਿਹਾ ਜਾਂ ਸੀਨੀਅਰ ਅਥਾਰਟੀ ਨੇ ਕਿਹਾ ਇਹ ਇਹੀ ਕਰਨਾ ਜਿਵੇਂ ਆਪਾਂ ਨੂੰ ਦੱਸਤਾ ਕਿ ਜੀ ਕੋਵਿਡ ਦੌਰਾਨ ਇਹ ਪਾਲਨ ਕਰਨਾ ਤਾਂ ਕਰਨਾ ਜੇ ਨਹੀਂ ਕੀਤਾ ਉਹਨਾਂ ਨੇ ਪ੍ਰਾਈਸ ਵੀ ਪੇ ਕੀਤੀ ਚਾਹੇ ਉਹ ਹੈਲਥ ਰਿਗਾਰਡਿੰਗ ਸੀ ਚਾਹੇ ਉਹ ਜੇਲ੍ਹ ਗਏ ਜਾਂ ਹੋਰ ਪਨਿਸ਼ਮੈਂਟਸ ਉਹਨਾਂ ਨੂੰ ਮਿਲੀਆਂ ਸਪੋਰਟ ਦੀ ਰਾਈਟਸ ਆਫ ਦੀ ਮੈਜੋਰਟੀ ਵਿਦਾਊਟ ਕੰਸਰਨ ਫਾਰ ਦੋਜ਼ ਇਨ ਦੀ ਮਿਨੋਰਟੀ ਆਪਾਂ ਰਿਜਿਡ ਰੂਲ ਹੈ ਕਿ ਹਾਂ ਜੀ ਕਿ ਜੋ ਚੀਜ਼ ਅੱਛਾ ਹੁਣ ਆਪਾਂ ਇਹ ਵੀ ਤਾਂ ਕਹਿ ਸਕਦੇ ਆ ਕਿ ਅੱਛੇ ਲੋਕ ਵੀ ਨੇ ਬੁਰੇ ਲੋਕ ਵੀ ਨੇ ਕ੍ਰਾਈਮ ਵੀ ਕਰ ਰਹੇ ਨੇ ਕ੍ਰਾਈਮ ਨਹੀਂ ਵੀ ਕਰ ਰਹੇ ਤਾਂ ਫਿਰ ਕਿਹਦੇ ਨਾਲ ਜਾਣਾ ਚਾਹੀਦਾ ਕਈਏ ਕਹਿੰਦੇ ਨਹੀਂ ਜੀ ਕ੍ਰਾਈਮ ਕ੍ਰਾਈਮ ਵਾਲਾ ਕੀ ਗਏਗਾ ਨਹੀਂ ਜੀ ਸਾਡੀ ਵੀ ਬਹੁਤ ਅਦਾਦ ਹੈ ਕ੍ਰਾਈਮ ਨਹੀਂ ਕਰਨ ਵਾਲਾ ਵੀ ਕੀ ਗਏਗਾ ਕਿ ਨਹੀਂ ਸਾਡੀ ਬਹੁਤ ਜ਼ਿਆਦਾ ਅਦਾਦ ਹੈ ਤਾਂ ਇਹ ਦੋਹੇ ਚੀਜ਼ਾਂ ਇੱਕ ਅਲੱਗ-ਅਲੱਗ ਫੈਕਟਰ ਤੇ ਚੱਲਦੀਆਂ ਨੇ is part of 80% of the population that does not progress the past stage 4 matlab jehdi stage chalegi apne kol je aap pichle hisab na chaliye alag alag slide de hisab nal aap ithhe pohanch chuke hain bahut sare 80% inna stages tak hi thoda ja problem create hundi hai is part of about 80% population that does not progress is to baad hi nahi pahunch bande hun kai jive blessing disguise keh lo ki koi kam karke hi pashtai jaan ke kaash main nahi karda ਉਨੂ ਦੇ ਕਨਸੀਕੁਐਂਸਸ ਆ ਗਏ ਚਾਹੇ ਆਪਾਂ ਹੈਲਪ ਕਰਤੀ ਜਿਵੇਂ ਆਪਾਂ ਨੂੰ ਕੀ ਸਿਖਾਇਆ ਗਿਆ ਕਿ ਮੰਨ ਲਓ ਰਿਲੇਸ਼ਨ ਖਰਾਬ ਹੁੰਦਾ ਜੀ ਆਪਾਂ ਨੂੰ ਪਤਾ ਹੈ ਜੀ ਰਿਲੇਸ਼ਨ ਖਰਾਬ ਕਰਨਾ ਕਿਵੇਂ ਹੋਊਗਾ ਜੀ ਅੱਜ ਦੀ ਡੇਟ ਦੇ ਵਿੱਚ 2024 ਦੇ ਵਿੱਚ ਇਹ ਕਿਹਾ ਜਾਂਦਾ ਜੀ ਪੈਸੇ ਦੇ ਦਿਓ ਪੈਸੇ ਦੇ ਦਿਓ ਰਿਲੇਸ਼ਨ ਖਰਾਬ ਹੋ ਜਾਏਗਾ ਕਿਵੇਂ ਖਰਾਬ ਹੋਏਗਾ ਆਪਾਂ ਪੈਸੇ ਦੇ ਦਿੱਤੇ ਉਹਨੂੰ ਬਿਨਾਂ ਕਿਸੇ ਨੀਡ ਤੋਂ ਜਾਂ ਨੀਡ ਸੀ ਦੇ ਦਿੱਤੇ ਜਦੋਂ ਆਪਾਂ ਦੁਬਾਰੇ ਮੰਗਾਹਾਂਗੇ ਰਿਲੇਸ਼ਨ ਖਰਾਬ ਹੋ ਜਾਏਗਾ ਜਾਂ ਫਿਰ ਤੁਸੀਂ ਇਹ ਕਹੋ ਕਿ ਆਪਾਂ ਬਾਰ ਵਾਰ ਜ਼ਰੂਰਤ ਦੇ ਹਿਸਾਬ ਨਾਲ ਕਵਾਂਗੇ ਉਹਨੂੰ ਲੱਗੇਗਾ ਕਿ ਨਹੀਂ ਐਦਾਂ ਐਦਾਂ ਤੁਸੀਂ ਦੇਖਿਆ ਬਹੁਤ ਸਾਰੇ ਜਿਹੜੀ ਡਿਸਪਿਊਟਸ ਨੇ ਬਹੁਤ ਸਾਰੇ ਜਿਹੜੇ ਲੜਾਈਆਂ ਨੇ ਬਹੁਤ ਸਾਰੇ ਜਿਹੜੇ ਆਪਾਂ ਮਤਭੇਦ ਹੋਏ ਹੋਏ ਨੇ ਬਿਕੋਜ਼ ਆਫ ਅੱਜ ਦੇ ਸਮੇਂ ਦੇ ਵਿੱਚ ਕਿ ਆਪਾਂ ਤੇਰੀ ਹੈਲਪ ਕੀਤੀ ਸੀ ਇਸ ਸਮਝ ਕੇ ਕਿ ਤੂੰ ਵੀ ਕਿਸੇ ਸਮੇਂ ਨਾਲ ਖੜੇਗਾ ਜਿਹੜੀ ਪਹਿਲੇ ਵਲ ਆਈ ਫੋਰ ਆਈ ਕਿ ਕਿਸੇ ਟਾਈਮ ਤੇ ਹੈਲਪ ਕਰ ਦੇਗਾ ਨਹੀਂ ਬਸ ਫਿਰ ਉਸੇ ਦਾ ਕਿ ਮੈਂ ਕਿਸੇ ਦੇ ਕੰਮ ਆ ਰਿਹਾ ਬਸ ਦੇ ਜਾਂ ਫਿਰ ਦੂਸਰਾ ਤਰੀਕਾ ਪੈਸੇ ਦੇਦੇ ਭੁੱਲ ਜੋ ਆ ਆਗੇ ਵਧੀਆ ਗੱਲਾਂ ਨਹੀਂ ਆਏ ਤਾਂ ਉਸ ਤਰੀਕੇ ਨਾਲ ਹੀ ਚੱਲਣਾ ਪਏਗਾ ਤਾਂ ਹੀ ਇਹਨਾਂ ਨੇ ਗੱਲ ਕੀਤੀ ਕਿ 80% ਉਹ ਚੀਜ਼ਾਂ ਦੇ ਵਿੱਚ ਨਹੀਂ ਜਾਂਦੇ ਹੁਣ ਆਗੇ ਜੇ ਆਪਾਂ ਪੋਸਟ ਕਨਵੈਨਸ਼ਨ ਜਾਣੇ ਕਿ ਆ ਬਿਲਕੁਲ ਆਖਰੀ ਥੀ ਇਟ ਇਜ਼ ਮੋਟੀਵੇਟਿਡ ਬਾਈ ਦੀ ਬਲੀਫ ਇਫ ਇਨ ਦੀ ਗ੍ਰੇਟੈਸਟ ਅਮਾਉਂਟ ਆਫ ਗੁੱਡ ਆਫ ਦੀ ਗ੍ਰੇਟੈਸਟ ਨੰਬਰ ਆਫ ਪੀਪਲ ਕਿ ਆਪਾਂ ਇਹ ਚੰਗਾ ਕਰਾਂਗੇ ਚੰਗਾ ਹੋਏਗਾ ਹਨਾ ਡੂ ਗੁੱਡ ਹੈਵ ਗੁੱਡ नो पेन नो गेन इस तरह की फिलॉसफी बिलीव्स इन दी कॉन्शियसनेस एवरीवन एग्रीज रादर देन इन दी मेजोरिटी रूल कि कोई करे ना करे आपा आप अपने आप वलेलो चंगा करदे रहो इद्दां दी इही कि स्टोरी सी एक ਧਰਮਾਤਮਾ ਸੀਗੇ ਉਹ ਨਦੀ ਜੇ સ્ਨਾਣ ਕਰ ਰਹੇ ਸੀ ਸ਼ੁੱਧੀ ਲਈ ਗੰਗਾ ਜੇ સ્ਨਾਣ ਕਰ ਰਹੇ ਸੀ ਜਿਹੜੇ ਬਾਹਰ ਲੋਕ ਸੀਗੇ ਉਹ ਕੀ ਕਰ ਰਹੇ ਸੀਗੇ ਕਿ ਉਹ 스ਪਿਟਿੰਗ ਕਰ ਰਹੇ ਸੀ ਥੁਕਰੇ ਸੀ ਜਾਂ ਮਤਲਬ ਉਹ ਬਾਰ ਬਾਰ ਕਰ ਰਹੇ ਸੀਗੇ ਤਾਂ ਉਹ ਬਾਰ ਬਾਰ ਆਪ ਦਾ સ્ਨਾਣ ਕਰ ਰਹੇ ਸੀ ਐਂਡ ਤੇ ਕੀ ਹੋਇਆ ਉਹਨਾਂ ਨੂੰ ਇਹ ਪਤਾ ਸੀਗਾ ਕਿ ਜਿਹੜਾ ਥੁੱਕ ਹੈ ਉਹ ਮੁੱਕ ਜਾਏਗਾ ਉਹ ਆਪਦਾ ਕੰਮ ਕਰਦੇ ਰਹੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਗੁੱਸਾ ਨਹੀਂ ਦਿਖਾਇਆ ਤਾਂ ਡੈਫੀਨੇਟਲੀ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਤਾਂ ਆਪਦਾ ਕੰਮ ਕਰਦੇ ਰਹਿਣਾ ਜਿਵੇਂ ਆਪਾਂ ਨੂੰ ਕਿਹਾ ਜਾਂਦਾ ਕਿ ਵਿਚੂ ਹੈ ਉਹਨੂੰ ਨਹੀਂ ਇਹ ਪਤਾ ਕਿ ਉਹ ਜਿਹੜਾ ਡੰਗ ਮਾਰ ਰਿਹਾ ਹੈ ਉਹ ਖਤਰਨਾਕ ਹੈ ਜੇ ਉਹਦਾ ਨਾ ਜਾਨ ਜਾ ਸਕਦੇ ਜਿਉਹੂ ਆਪਦਾ ਕੰਮ ਕਰ ਸਕਦਾ ਤਾਂ ਆਪਾਂ ਵੀ ਆਪਦਾ ਇੱਕ ਜੈਨੂਨ ਕੰਮ ਜ਼ਰੂਰ ਕਰ ਸਕਦੇ ਆ ਪੋਜ਼ਿਟਿਵ ਕੰਮ ਜ਼ਰੂਰ ਕਰ ਸਕਦੇ ਆ ਰਿਸਪੈਕਟ ਦੀ ਰਾਈਟਸ ਆਫ ਦੀ ਮਿਨੋਰਿਟੀ ਡੈਫੀਨਿਟਲੀ ਜੇ ਕੋਈ ਘੱਟ ਦੇ ਸੰਖਿਆ ਦੇ ਵਿੱਚ ਹੈ ਉਹਨਾਂ ਨੂੰ ਵੀ ਆਪਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਹਰ ਇੱਕ ਚੀਜ਼ ਦੇ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਬਲੀਵ ਥੈਟ ਚੇਂਜ ਇਨ ਦੀ ਲਾਅ ਇਜ਼ ਪੋਸੀਬਲ ਬਟ ਓਨਲੀ ਥਰੂ ਦੀ ਇੱਕ ਸਿਸਟਮ ਨਾਲ ਹੀ ਇਹ ਚੀਜ਼ਾਂ ਚੱਲੀਆਂ ਜਾਣਗੀਆਂ ਜਿਵੇਂ ਰੀਸੈਂਟ ਜਿਹੜੀ ਗਵਰਨਮੈਂਟ ਸੈਂਟਰ ਦੇ ਅੰਦਰ ਆ ਜਾਂ ਪੰਜਾਬ ਦੇ ਅੰਦਰ ਆ ਜਾਂ ਹੋਰ ਅਲੱਗ-ਅਲੱਗ ਪ੍ਰਦੇਸ਼ਾਂ ਦੇ ਅੰਦਰ ਹੈ ਉਹ ਹਰ ਇੱਕ ਇੰਡੀਵਿਜੂਅਲ ਦਾ ਰਾਈਟ ਸਮਝ ਕੇ ਹੀ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ ਰੂਲਸ ਦੇ ਹਿਸਾਬ ਨਾਲ ਸਿਸਟਮ ਦੇ ਹਿਸਾਬ ਨਾਲ ਚੇਂਜ ਹੋਈਆਂ ਜਿਵੇਂ ਆਰਟੀਕਲ 317 ਨੂੰ ਚੇਂਜ ਕੀਤਾ ਗਿਆ ਇੱਕ ਸਿਸਟਮ ਦੇ ਤਹਿਤ ਚੇਂਜ ਕੀਤਾ ਗਿਆ ਕਿ ਜੇ ਕਿ ਜੰਮੂ ਕਸ਼ਮੀਰ ਦੇ ਅੰਦਰ ਵੀ ਲੈ ਲਦਾਖ ਦੇ ਅੰਦਰ ਵੀ ਹਰ ਇੱਕ ਇੰਡੀਵਿਜੂਅਲ ਨੂੰ ਇੱਕ ਫਰੀडम ਚਾਹੀਦੀ ਸੀ ਹਰ ਇੱਕ ਚੀਜ਼ ਉਹ ਚਾਹੀਦੀ ਸੀ ਜੋ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਭਾਰਤ ਦੇ ਹਰ ਇੱਕ ਰਾਜ ਨੂੰ ਜਿਹੜੀ ਚੀਜ਼ ਮਿਲੂਆ ਵਿਸ਼ਵਾਸ ਹੈ ਜੇ ਚੇਂਜ ਇਨ ਦੀ ਲਾਜ਼ ਪੋਸੀਬਲ ਉਹ ਹੀ ਹੋਏਗਾ ਜਦੋਂ ਸਿਸਟਮ ਦੇ ਨਾਲ ਚੱਲਿਆ ਜਾਏਗਾ ਇਵੇਂ ਈ ਸਾਨੂੰ ਆਪਾਂ ਸਟੱਡੀ ਦੇ ਨਾਲ ਕਿਹਾ ਕਿ ਕਿ ਸਿਸਟਮ ਬਣਾਓ ਕਿ ਆ ਜੇ ਸਬਜੈਕਟ ਕਰਨਾ ਜੇ ਸਬਜੈਕਟ ਕਰਨਾ ਇਹ ਸਬਜੈਕਟ ਦੇ ਕੁਐਸਚਨ ਕਰਨੇ ਆ ਪੀਪੀਕਿਊ ਕਰਨੇ ਆ ਨਾਲ ਨਾਲ ਥਿਊਰੀ ਰੀਡ ਕਰਨੇ ਜਿਹੜੇ 셀ਫ ਅਸੈਸਮੈਂਟ ਆਪਾਂ ਹਮੇਸ਼ਾ ਕਲਾਸ 'ਚ ਕਰਦੇ ਆ ਕਿ ਮੇਰੇ ਪੰਜ ਗਲਤੀ ਸੀ ਮੇਰੇ ਚਾਰ ਗਲਤੀ ਸਿਸਟਮ ਨਾਲ ਹੀ ਉਹ ਜਿਹੜਾ ਚੀਜ਼ਾਂ ਬਦਲਣਗੀਆਂ ਤੇ ਲੋਕ ਕੀ ਰਹੇਗਾ ਜੀ ਕਿ ਆਪਾਂ ਸਕਸੈਸਫੁਲ ਹੋ ਜਾਵਾਂਗੇ ਲਾਸਟ ਬਲੀਵ ਦੈਟ देयर ਆ ਹਾਈ ਮੋਰਲ ਪ੍ਰਿੰਸੀਪਲ ਦੈਨ ਦੋਜ਼ ਰਿਪਰੈਜ਼ੈਂਟਡ ਬਾਈ ਦ ਸੋਸ਼ਲ ਰੂਲਸ ਐਂਡ ਕਸਟਮ ਜੀ ਨੂੰ ਆਪਾਂ ਕਹਿੰਦੇ ਨੇ ਕਿ ਸਮਾਜਿਕ ਚੀਜ਼ਾਂ ਨਾਲ ਹੀ ਚੱਲਦੇ ਆ ਸਮਾਜ ਦੇ ਵਿੱਚ ਜੋ ਚੀਜ਼ ਕਹਤੇ ਜਿਵੇਂ ਆਪਾਂ ਕਹਿੰਦੇ ਨੇ ਜੀ ਕਿ ਮੇਲ ਫੀਮੇਲ men women ਇੱਕ ਬਣਾਇਆ ਕਿਨੇ ਜੀ ਕਿ ਬਾਇਓਲੋਜੀਕਲ ਆ ਗਿਆ ਜੀ ਆਪਾਂ ਕਹਿੰਦੇ ਨੇ ਪਰਮਾਤਮਾ ਨੇ ਤਾਂ ਡਰੈਸ ਅਪ ਦਿੱਤਾ ਹੈ ਜਿਹੜੀ ਅੰਤਰਾਤਮਾ ਉਹ ਤਾਂ ਸਾਰੇ ਸੇਮ ਹੈ ਜੀ ਆਤਮਾ ਦਾ ਕੋਈ ਮੇਲ ਫੀਮੇਲ ਨਹੀਂ ਫਿਰ ਜੈਂਡਰ ਜਿਹੜਾ ਹੋ ਗਿਆ ਉਹ ਸੋਸ਼ੀਅਲ ਹੋ ਗਿਆ ਜੀ ਸਮਾਜ ਨੇ ਬਣਾਤਾ ਕਿ ਆਦਮੀ ਇਹ ਕਰ ਸਕਦਾ ਹੈ ਔਰਤ ਇਹ ਕਰ ਸਕਦੀ ਲੇਕਿਨ ਦੋਹਾਂ ਨੇ ਸ਼ੈਕਲਜ਼ ਬ੍ਰੇਕ ਕਰਤੀਆਂ ਜੀ ਚੰਗੇ ਕੰਮ ਦੇ ਵਿੱਚ ਵੀ ਜੀ ਮਾੜੇ ਕੰਮ ਦੇ ਵਿੱਚ ਵੀ ਜਿਵੇਂ ਆਪਾਂ ਦੇਖਿਆ ਲਾਸਟ ਟੂ ਲਾਸਟ ਮੰਥ ਇੱਕ ਮਦਰ ਸੀ ਜੋ ਆਪਣੇ ਬੱਚੇ ਨੂੰ ਬੈਂਗਲੌਰ ਤੋਂ ਗੋਆ ਲੈ ਗਏ ਵਾਪਸ ਆਣਾ ਸੀ ਉਹਨਾਂ ਨੇ ਆਪਣੇ ਬੱਚੇ ਦਾ ਹੀ ਮਰਡਰ ਕਰ ਦਿੱਤਾ 4 ਸਾਲ ਦਾ ਬੱਚਾ ਸੀਗਾ ਤਾਂ ਦੈਟ ਵਾਸ ਇਨਸੈਨ ਤਾਂ ਉਹ ਕੀ ਸੀਗਾ ਜੀ ਹਾਈ ਮੋਰਲ ਪ੍ਰਿੰਸੀਪਲ ਆਪਣੇ ਸਮੇਂ 'ਚ ਰੱਖਦੇ ਆ ਸੋਸ਼ਲ ਸਿਸਟਮ ਦੇ ਹਿਸਾਬ ਨਾਲ ਜਿਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਜੀ ਫਿਰ ਤਾਂ ਜੈਂਟਸ ਵੀ ਕਰਦੇ ਆ ਆਪਾਂ ਇਹ ਤਾਂ ਕਹਿਣਾ ਨਹੀਂ ਜੀ ਕਿ ਮੈਨ ਨੇ ਵੀ ਕੀਤਾ ਤਾਂ ਵੂਮਨ ਨੂੰ ਵੀ ਕਰਨਾ ਚਾਹੀਦਾ ਤਾਂ ਸੋਸ਼ਲ ਸਿਸਟਮ ਨੇ ਬਣਾ ਦਿੱਤਾ ਕਿ ਇੱਕ ਮੈਨ ਵੀ ਹੈ ਵੂਮਨ ਵੀ ਹੈ ਨਹੀਂ ਕ੍ਰਾਈਮ ਇਜ਼ ਕ੍ਰਾਈਮ ਕ੍ਰਾਈਮ ਸਾਰਿਆਂ ਲਈ ਸੇਮ ਹੈ ਕਿਉਂਕਿ ਜਦੋਂ ਆਪਾਂ ਇਹ ਗੱਲ ਕਹਤਾ ਕਿ ਜਿਹੜੀ ਆਤਮਾ ਉਹਦਾ ਕੋਈ ਮੇਲ ਫੀਮੇਲ ਨਹੀਂ ਤਾਂ ਜਿਹੜਾ ਕ੍ਰਾਈਮ ਹੈ ਕ੍ਰਾਈਮ ਦੇ ਵਿੱਚ ਹਰ ਇੱਕ ਜੇ ਕੋਈ ਵੀ ਇਨਵੋਲਡ ਹੈ ਤਾਂ ਉਹਦੇ ਵਿੱਚ ਸੇਮ ਹੀ ਚੀਜ਼ਾਂ ਦੇਖੀਆਂ ਜਾਣਾ ਚਾਹੀਦਾ ਜਾਂ ਫਿਰ ਅਜੇ ਆਪਾਂ ਉਹਦੇ ਹਿਸਾਬ ਨਾਲ ਚੱਲਦੇ ਆਂ ਅਧਿਆਤਮਿਕ ਦੇ ਹਿਸਾਬ ਨਾਲ ਫਿਰ ਆਪਾਂ ਕਹਿ ਦਿੰਨੇ ਕਿ ਹੋਰ ਚੀਜ਼ ਵੀ ਕੁਝ ਵੀ ਹੋ ਸਕਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਪੁੱਤਰ ਕੁਪੁੱਤਰ ਇਦਾਂ ਕਰਕੇ ਹੋ ਸਕਦਾ ਵੀ ਮਾਤਾ ਕੁਮਾਤਾ ਦੀ ਕੋਈ ਜਿਹੜੀ ਕੰਡੀਸ਼ਨ ਆ ਉਹ ਕਦੇ ਨਹੀਂ ਦੇਖੀ ਗਈ ਬਟ ਇਸ ਰੀਸੈਂਟ ਰਨ ਜਿਹੜੇ ਚੇਂਜ ਹੋਏ ਇਸ ਪੋਸਟ ਕਨਵੈਨਸ਼ਨ ਸਟੇਜ ਦਾ ਤਾਂ ਇਹੋ ਉਹਨਾਂ ਨੇ 80% ਕਿਹਾ ਕਿ ਉਹਨਾਂ ਨੇ ਆਪਦੀ ਜਿਹੜੀ ਧਾਰਨਾ ਉਹੀ ਬਦਲਤੀ ਕਦੇ ਆਪਾਂ ਨਹੀਂ ਸੁਣਿਆ ਆਪਣੇ ਸਮੇਂ ਕਿ ਮਾਤਾ ਨਹੀਂ ਆਪਣੇ ਬੱਚੇ ਨੂੰ ਮਰਡਰ ਕੀਤਾ ਹੋਵੇ ਉਹ ਅਲੱਗ ਇੱਕ ਡੈਸਟਨੀ ਸੀ ਉਹ ਬੱਚੇ ਦਾ ਬਹੁਤ ਗਲਤ ਹੋਇਆ ਉਸ ਬੱਚੇ ਨਾਲ ਇਸ ਵਿਲਿੰਗ ਟੂ ਅਕਸੈਪਟ ਦੀ ਕਾਂਸੀਕਵੈਂਸਿਸ ਆਫ ਡਿਸਓਬੀਡੈਂਸ ਆਫ ਦੀ ਸੋਸ਼ਲ ਰੂਲ ਅਦੇ ਕੋਈ ਦੋਹੇ ਚੀਜ਼ਾਂ ਲਿਖਿਆ ਹੀ ਔਰ ਸ਼ੀ ਇਜ਼ ਰਿਜੈਕਟਡ ਚਾਹੇ ਉਹ ਮਾਤਾ ਨੇ ਗਲਤ ਰੋਲ ਪਲੇ ਕੀਤਾ ਚਾਹੇ ਪਿਤਾ ਨੇ ਰੋਲ ਗਲਤ ਪਲੇ ਕੀਤਾ ਆਪਾਂ ਐਪ ਦੇ ਵਿੱਚ ਵੀ ਇਹ ਗੱਲ ਕਹੀ ਨਾਰਮਲ YouTube ਸੈਸ਼ਨ ਦੇ ਲਈ ਵੀ ਆਫਲਾਈਨ ਵੀ ਇਹ ਗੱਲ ਕਹਿੰਦੇ ਕਿ ਕ੍ਰਾਈਮ ਇਜ਼ ਕ੍ਰਾਈਮ ਉਹਦੇ ਲਈ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਕ੍ਰਾਈਮ ਕਮਿਟ ਕੀਤਾ ਜੋ ਵੀ ਰੂਲਸ ਸੀ ਸਿਸਟਮ ਸੀ ਦੇਸ਼ ਦੇ ਅੰਦਰ ਜੋ ਵੀ ਚੀਜ਼ਾਂ ਉਹਨਾਂ ਨੇ ਗਲਤ ਕਰੀਆਂ ਬਲੀਵ ਥੈਟ ਡਿਗਨਿਟੀ ਆਫ ਹਿਊਮੈਨਿਟੀ ਇਜ਼ ਸੈਕ੍ਰੇਟ ਪਵਿੱਤਰ ਹੈ ਜੀ ਸਾਰੇ ਚੀਜ਼ਾਂ ਤੇ ਹਰ ਇੱਕ ਹਿਊਮਨ ਇਹਦੇ ਵਿੱਚ ਆਪਾਂ ਕੋਈ ਮੇਲ ਫੀਮੇਲ ਕੁਝ ਸੋਸ਼ਲ ਸਟਰੀਮਿੰਗ ਕੁਝ ਨਹੀਂ ਲਿਖਿਆ ਸਿਰਫ ਹਿਊਮਨਸ ਦੀ ਗੱਲ ਕੀਤੀ ਹੈ ਇੱਕ ਇਨਸਾਨ ਦੀ ਗੱਲ ਕੀਤੀ ਹੈ ਕੁਝ ਪਰਸੈਂਟ ਲੋਕ ਹੀ ਇਸ ਸਟੇਜ ਤੱਕ ਪਹੁੰਚ ਪਾਉਂਦੇ ਨੇ ਉਸ ਤਰੀਕੇ ਨਾਲ ਹੀ ਲਾਸਟ ਪੁਆਇੰਟ ਹੈ ਜੀ ਆਪਣਾ ਇਹ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਜਿਵੇਂ ਕਿ ਇੱਕ ਮੈਡਮ ਸੀਗੇ ਉਹ ਬਿਮਾਰ ਸੀਗੇ ਲੇਕਿਨ ਇੱਕ ਪਰਸਨ ਨੇ ਦਵਾਈ ਲੱਭ ਲਈ ਸੀ ਲੇਕਿਨ ਜਦੋਂ ਉਹਨੇ ਕਿਹਾ ਜੀ ਇਹ ਨੂੰ ਕੈਂਸਰ ਹੈ ਤਾਂ ਇਹ ਦਵਾਈ ਉਸ ਨਾਲ ਠੀਕ ਹੋ ਸਕਦਾ ਹੈ ਇਹਨਾਂ ਦੇ ਜਿਹੜੇ ਹਸਬੰਡ ਸੀਗੇ ਉਹਨਾਂ ਨੇ ਕੁਝ ਪੈਸੇ ਰੇਂਜ ਕਰਨ ਦੀ ਕੋਸ਼ਿਸ਼ ਕੀਤੀ ਆ ਸਾਰਾ ਸਟੋਰੀ ਇੱਥੇ ਲਿਖੀ ਹੋਈ ਹੈ ਜੀ ਡਰਗ ਵਾਸ ਵੈਰੀ ਐਕਸਪੈਂਸਿਵ ਡਰਗ ਇਸ ਚਾਰਜਿੰਗ 10 ਟਾਈਮਸ ਮਤਲਬ ਜੇ ਉਹ 100 ਰੁਪਏ ਦੀ ਸੀ ਤਾਂ ਘੱਟੋ ਘੱਟ ਉਹ 1000 ਲਗਾ ਰਿਆ ਸੀਗਾ ਜੀ ਬਟ ਉਹਨਾਂ ਨੇ ਉਹਨਾਂ ਦੇ ਹਸਬੰਡ ਨੇ ਪੈਸੇ ਰੇਂਜ ਕੀਤੇ ਪਰ ਉਹ ਅੱਧੇ ਹੀ ਪੈਸੇ ਰੇਂਜ ਹੋ ਪਾਏ ਮਤਲਬ 200 ਉਹ 200 ਡਾਲਰ ਰੇਡੀਅਮ ਦਾ ਸੀ ਕੁਝ ਹੋਰ ਸਮਾਲ ਡੋਸਿਸ ਉਹ ਕਰ ਰਿਆ ਸੀਗਾ ਇਹ ਪੂਰਾ ਐਕਚੁਅਲ ਸਟੋਰੀ ਹੈ ਜੀ ਤੇ ਹਾਫ ਹੀ ਅਰੇਂਜ ਕਰ ਪਾਇਆ ਇਸ ਕਰਕੇ ਉਹਨੂੰ ਲੱਗਿਆ ਕਹਿੰਦਾ ਮੈਂ ਦਿੰਦਾ ਨਹੀਂ ਜੀ ਉਹਨੂੰ ਸੀਗਾ ਕਿ ਮੈਂ ਆਪਦੀ ਵਾਈਫ ਦੀ ਜਿਹੜੀ ਜ਼ਿੰਦਗੀ ਹੈ ਬਚਾਣੀ ਹੈ ਫਿਰ ਉਹਨੇ ਕੀ ਕੀਤਾ ਜੀ ਉਹਦੀ ਦੁਕਾਨ ਦੇ ਉੱਪਰ ਹੀ ਅਟੈਕ ਕਰਤਾ ਉਹਦੇ ਵਿੱਚੋਂ ਉਹ ਚੀਜ਼ ਨੂੰ ਚੋਰੀ ਕੀਤਾ ਟੂ ਸੈਲਡ ਟੀਪਰ ਡਰੱਗਸਾਈਡ نو ਆਈ ਡਿਸਕਵਰਡ ਸੋ ਹੀ ਹਜ਼ ਗੌਟ ਡੈਸਪਰੇਟ ਐਂਡ ਬਰੋਕ ਇਨਟੂ ਮੈਨ ਸਟੋਰ ਟੂ ਸਟੀਲ ਦੀ ਡਰੱਗ ਫਾਰ ਹਿਸ ਵਾਈਫ ਡੈਫੀਨਿਟਲੀ ਉਨੇ ਆਪਦਾ ਇਹ ਚਿੰਤਾ ਜਿਹੜੀ ਜ਼ाहिर ਕੀਤੀ ਉਹ ਕੋਈ ਦੱਸਿਆ ਹੋਊਗਾ ਜਾਂ ਸਾਹਮਣੇ ਕਿ ਇਹ ਚੀਜ਼ ਹੋਈ ਹੈ ਉਵੇਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਬਦਲ ਗਈਆਂ ਕਿ ਉਹ ਚੀਜ਼ ਸਹੀ ਸੀ ਜਾਂ ਗਲਤ ਸੀ ਤਾਂ ਹੀ ਇਹਨੂੰ ਕੀ ਕਿਹਾ ਜਾਂਦਾ ਜੀ ਹੈਂਸ ਡਾਇਲੈਮਾ ਕਿਹਾ ਜਾਂਦਾ ਕਿ ਚੀਜ਼ ਕਰਨੀ ਚਾਹੀਦੀ ਸੀ ਨਹੀਂ ਕਰਨੀ ਚਾਹੀਦੀ ਜਿਵੇਂ ਆਪਾਂ ਹੋਟਲ ਵਾਲੇ ਐਗਜ਼ਾਮਪਲ ਲਿੱਤੀ ਕਿ ਨਹੀਂ ਜੇ ਉਸਤਾ ਰਾਈਟ ਹੈ ਜੀ ਉਸੇ ਪੇ ਕੀਤਾ ਜਿਵੇਂ ਆਪਾਂ ਕਿਹਾ ਕਿ ਨਹੀਂ ਜੀ ਮੈਂ ਤਾਂ ਕਰੰਸੀ ਨੋਟ ਲੈ ਸਕਦਾ ਜੀ ਮੈਂ ਤਾਂ ਪ੍ਰਿੰਟ ਆਊਟ ਲੈ ਸਕਦਾ ਮੈਂ ਤਾਂ ਸਟੇਸ਼ਨਰੀ ਵੀ ਲੈ ਸਕਦਾ ਕਿ ਮੈਂ ਤਾਂ ਸਰਵਿਸੇਸ ਦੇ ਰਿਹਾ ਕਿਤੇ ਵੀ ਕੋਈ ਵੀ ਜੌਬ ਤੁਸੀਂ ਕਰ ਰਹੇ ਹੋ ਆਪਾਂ ਕਹਿੰਦੇ ਕਿ ਨਹੀਂ ਜੀ ਮੈਂ ਤਾਂ ਇਹ ਲੈ ਕੇ ਜਾ ਸਕਦਾ ਜੀ ਤਾਂ ਮੇਰਾ ਅਧਿਕਾਰ ਹੈ ਉਹ ਡਾਇਲਮਾ ਵਾਲੀ ਕੁਸ਼निंग ਹੋਗੀ ਫਿਰ ਲਾਸਟ ਦੇ ਨਾਲ ਨਾਲ ਕ੍ਰਿਟਿਸਿਜ਼ਮ ਵੀ ਹੋਇਆ ਕ੍ਰਿਟਿਸਿਜ਼ਮ ਕੀ ਸੀ ਜੀ ਕਿ ਮੋਰਲ ਲੀਜ਼ਿੰਗ ਜ਼ਰੂਰੀ ਹੈ ਜੀ ਬਿਹੇਵੀਅਰ ਵਾਸਤੇ ਜੇ ਕਨਸਰਨਡ ਹੈ ਤਾਂ ਵੱਡਾ ਡਿਫਰੈਂਸ ਕਿਉਂ ਹੈ ਜੀ ਕਿ ਐਕਚੁਅਲ ਐਕਸ਼ਨ ਕੁਝ ਹੋਰ ਹੈ ਸੋਚਿਆ ਕੁਝ ਹੋਰ ਜਾ ਰਿਹਾ ਹੈ ਜਸਟਿਸ ਇਸ ਓਨਲੀ ਅਸਪੈਕਟ ਆਫ ਮੋਰਲੀਜ਼ਿੰਗ ਵੀ ਸ਼ੁੱਡ ਕਨਸਿਡਰ ਕ੍ਰਿਟਿਕਸ ਪੁਆਇੰਟ ਆਊਟ ਦੈਟ ਇਸ ਥਿਊਰੀ ਓਵਰ ਏਮਫਸਾਈਜ਼ਸ ਦੀ ਕਨਸੈਪਟ ਆਫ ਜਸਟਿਸ ਕਿ ਹਰ ਇੱਕ ਬੰਦੇ ਨੂੰ ਕੀ ਮਿਲਣਾ ਚਾਹੀਦਾ ਹੈ ਨਿਆਂ ਮਿਲਣਾ ਚਾਹੀਦਾ ਹੁਣ ਜਿਹੜਾ ਕਰਾਇਮ ਕਰਦਾ ਉਹ ਕੀ ਕਹਿੰਦਾ ਨਹੀਂ ਜੀ ਨਿਆਂ ਹੈ ਸਾਡਾ ਆਪਦੇ ਹਿਸਾਬ ਨਾਲ ਅਸੀਂ ਨਿਆਂ ਹੀ ਲਿੱਤਾ ਹੁਣ ਦੇਖੋ ਕੋਈ ਕਿਸੇ ਨੂੰ ਮਾਰ ਦਿੰਦਾ ਉਹ ਕੀ ਕਹਣਾ ਆਈ ਟੁਕ ਮਾਈ ਜਸਟਿਸ ਉਹਦੇ ਲਈ ਉਹ ਜਸਟਿਸ ਹੈ ਕਿ ਅਸੀਂ ਇਹਨੂੰ ਮਾਰਤਾ ਜਾਂ ਅਸੀਂ ਆਪਦਾ ਬਦਲਾ ਲੈ ਲਿਆ ਮੇਕਿੰਗ ਮੋਰਲ ਚੁਆਇਸਿਸ ਅਦਰ ਫੈਕਟਰਸ ਸਚ ਐਜ਼ ਕੰਪੈਸ਼ਨ ਕੇਰਿੰਗ ਅਦਰ ਇੰਟਰਪਰਸਨ ਮੇ ਪਲੇ ਐਨ ਇੰਪੋਰਟੈਂਟ ਪਾਰ ਇਨ ਮੋਰਲ ਰੀਜ਼ਨਿੰਗ ਜਿਵੇਂ ਆਪਾਂ ਕਿਸੇ ਦੀ ਕੇਅਰ ਕਰ ਰਹੇ ਹਾਂ ਇੱਕ ਮੋਰਲ ਡਿਵੈਲਪਮੈਂਟ ਕਰ ਰਹੇ ਹਾਂ ਆਪਾਂ ਕਹਿੰਦੇ ਕਿ ਜੀ ਮਾਤਾ ਪਿਤਾ ਬੱਚੇ ਦੀ ਕੇਅਰ ਕਰ ਰਹੇ ਆ ਬੱਚੇ ਮਾਤਾ ਪਿਤਾ ਦੀ ਕੇਅਰ ਕਰ ਰਿਹਾ ਏਜਡ ਹੋ ਗਏ ਉਹਨਾਂ ਦੀ ਕੇਅਰ ਕਰ ਰਹੇ ਤਾਂ ਇੱਕ ਮੋਰਲ ਰੀਜ਼ਨਿੰਗ ਹੈ ਕਿ ਆ ਪੇਰੈਂਟਸ ਨੇ ਆਪਾਂ ਨੂੰ ਸੰਭਾਲਿਆ ਬਚਪਨ ਤੋਂ ਲੈ ਕੇ ਹੁਣ ਤੱਕ ਕੇਅਰ ਕਰ ਰਹੇ ਆ ਤਾਂ ਆਪਣਾ ਵੀ ਇੱਕ ਫਰਜ਼ ਹੈ ਉਹੀ ਮੋਰਲ ਰੀਜ਼ਨ ਦੇ ਹਿਸਾਬ ਨਾਲ ਕਿ ਜਿਵੇਂ ਜਿਵੇਂ ਪੇਰੈਂਟਸ ਨੂੰ ਜ਼ਰੂਰਤ ਪੈਂਦੀ ਹੈ ਐਜ਼ ਅ ਬੇਟਾ ਬੇਟੀ ਆਪਾਂ ਉਹਨਾਂ ਦੀ ਕੀ ਕਰ ਸਕਦੇ ਆ ਸੇਵਾ ਕਰ ਸਕਦੇ ਆ ਹੈਲਪ ਕਰ ਸਕਦੇ ਆ ਦੈਨ ਲਾਸਟ ਹੈ ਜੀ ਕੋਲਬਰਗ ਥਿਉਰੀ ਆਫ ਓਵਰ ਇਮਫਸਾਈਜ਼ ਦੀ ਵੈਸਟਰਨ ਫਲਸਫੀ ਕਿਉਂਕਿ ਕਈ ਵਾਰ ਕਹਿ ਦਿੰਦੇ ਆ ਕਿ ਜੀ ਉਥੋਂ ਦੇ ਹਿਸਾਬ ਨਾਲ ਇਹਨਾਂ ਨੇ ਦੱਸਿਆ ਕਿ ਇੱਥੇ ਨਹੀਂ ਚੱਲੇਗਾ ਸਾਰੇ ਯੂਨੀਵਰਸ ਦੇ ਵਿੱਚ ਸਾਰੇ ਵਰਡ ਦੇ ਵਿੱਚ ਧਰਤੀ ਦੇ ਉੱਪਰ ਨਹੀਂ ਚੱਲੇਗਾ ਕਿਉਂਕਿ ਕਲਚਰ ਆ ਇੱਕ ਅਲੱਗ ਹੁੰਦਾ ਹੈ ਜੀ ਪਰਸਨਲ ਰਾਈਟਸ ਹੁੰਦੇ ਆ ਹਰ ਇੱਕ ਦੇ ਅੰਦਰ ਜਿਵੇਂ ਅੱਜ ਆਪਾਂ ਇੱਥੇ ਕਹਿਨੇ ਆ ਆਪਾਂ ਰਿਕਾਰਡ ਕਰ ਰਹੇ ਆ ਭਾਰਤ ਦੇਸ਼ ਦੇ ਅੰਦਰ ਜੀ ਲੇਕਿਨ ਫਰਾਂਸ ਦੇ ਅੰਦਰ ਜਿਵੇਂ ਅਬੋਰਸ਼ਨ ਦਾ ਰਾਈਟ ਦੇ ਦਿੱਤਾ ਗਿਆ ਉਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਕੀ ਕੀਤਾ ਜੀ ਲਾਸਟ ਵੀਕ ਪੈਰਿਸ ਜਾਂ ਈਫਲ ਟਾਵਰ ਦੇ ਆਸੇ-ਪਾਸੇ ਪਾਰਟੀ ਕੀਤੀ ਜੀ ਲੋਕ ਝੁਮਰੇ ਸੀ ਲੇਕਿਨ ਦੇਖੋ ਜੀ ਉਥੋਂ ਦੇ ਹਿਸਾਬ ਨਾਲ ਤੇ ਇੱਥੋਂ ਦੇ ਹਿਸਾਬ ਨਾਲ ਬਹੁਤ ਫਰਕ ਹੈ ਜੀ ਵਾਈਲ ਕਲੈਕਟਿਵਿਸਟ ਜਿਹੜੇ ਚੀਜ਼ਾਂ ਨੂੰ ਸਮਝਦੇ ਐ ਕਲਚਰ ਸਟ੍ਰੈਸਸ ਦੀ ਸੋਸਾਇਟੀ ਦੇ ਕਮਿਊਨਿਟੀ ਉਹ ਚੀਜ਼ਾਂ ਆਪਾਂ ਜਿਵੇਂ ਇੱਥੇ ਕਾਫੀ ਦਰ ਨੂੰ ਅੱਗੇ ਕਰ ਪਾਏ ਤਾਂ ਦੇਖੋ ਜੀ ਉਹ ਚੀਜ਼ਾਂ ਬਿਲਕੁਲ ਹੀ ਨਹੀਂ ਹੋਣੀਆਂ ਚਾਹੀਦੀ ਉਹ ਵੀ ਬਿਲਕੁਲ ਕਰਾਈਮ ਹੈ ਜੀ ਬਹੁਤ ਉਹ ਉਹਨਾਂ ਨੇ ਆਪਦੇ ਹਿਸਾਬ ਨਾਲ ਜੋ ਚੀਜ਼ ਸੋਚੀ ਹੋਏਗੀ ਫਰਾਂਸ ਦੇ ਵਿੱਚ ਉਹ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਪਾ ਕੀਤਾ ਬਟ ਆਪਣੇ ਤੇ ਤਾਂ ਇਹ ਸਾਰੇ ਅਲੱਗ-ਅਲੱਗ ਐਕਟ ਬਣੇ ਹੋਏ ਆ ਤੇ ਉਹ ਵੀ ਚੀਜ਼ ਕੀ ਹੈ ਜੀ ਨਹੀਂ ਕਰਨੀ ਚਾਹੀਦੀ ਬਹੁਤ ਹੀ ਗਲਤ ਕ੍ਰਾਈਮ ਹੈ ਜਿਹੜੇ ਆਪਾਂ ਜਿਵੇਂ ਕਲਿੰਗ ਨਿਰਧਾਰਨ ਟੈਸਟ ਕਹਿ ਲੋ ਜਾਂ ਫਿਰ ਜਿਹੜਾ ਅਬੋਰਸ਼ਨ ਵਾਲਾ ਕ੍ਰਾਈਮ ਹੈ ਇਹ ਦੋਹੀ ਚੀਜ਼ਾਂ ਕ੍ਰਾਈਮ ਹੈ ਜਿਵੇਂ ਕਿ ਇਹ ਉਹ ਫਰਸਟ ਲੈਵਲ ਤੋਂ ਹੀ ਆ ਗਿਆ ਲੈਵਲ 1 ਲੈਵਲ 2 ਲੈਵਲ 3 ਸਟੇਜ 1 ਸਟੇਜ 2 ਸਟੇਜ 3 ਸਟੇਜ 4 ਸਟੇਜ 5 ਸਟੇਜ 6 ਉਹਨੂੰ ਕਈ ਉਸ ਤਰੀਕੇ ਨੂੰ ਉਹਨੂੰ ਸਮਝਦੇ ਆ ਕਈ ਉਹ ਚੀਜ਼ਾਂ ਨੂੰ ਨਹੀਂ ਸਮਝਦੇ ਇਹ ਆਪਣੇ ਸੁਸਾਇਟੀ ਦੇ ਹਿਸਾਬ ਨਾਲ ਲੈ ਇਹ ਆਪਣੇ ਕਲਚਰ ਦੇ ਹਿਸਾਬ ਨਾਲ ਕਹਿ ਲੋ ਇਹ ਆਪਣੇ ਧਾਰਮਿਕ ਗਰਮਤਾ ਦੇ ਹਿਸਾਬ ਨਾਲ ਕਹੋ ਕਿ ਕਿਸੇ ਨੂੰ ਆਪਾਂ ਨਹੀਂ ਮਾਰ ਸਕਦੇ ਤੇ ਇਵਨ ਸੁਪਰੀ ਕੋਰਟ ਨੇ ਵੀ ਆ ਰੂਲ ਦੇ ਵਿੱਚ ਕਿਹਾ ਤਾਂ ਕਿ ਜਦੋਂ ਉਹਨਾਂ ਦੀ ਹਾਰਟਬੀਟ ਬੰਨ ਗਈ ਤਾਂ ਅਸੀਂ ਉਹਨੂੰ ਨਹੀਂ ਦੇ ਸਕਦੇ ਰਾਈਟ ਨਹੀਂ ਦੇ ਸਕਦੇ ਕਿ ਤੁਸੀਂ ਕਿਸੇ ਦੀ ਜਾਨ ਨਾਲ ਖੇਲੋ ਜਾਂ ਤੁਸੀਂ ਕਿਸੇ ਜਾਨ ਦਾ ਕਾਰਨ ਬਣੋ ਕਿ ਉਹਨੂੰ ਨਹੀਂ ਜੀ ਅਸੀਂ ਉਹਨੂੰ ਉਹਦੇ ਵੀ ਇੱਕ ਰਾਈਟ ਨੇ ਜਦੋਂ ਇੱਕ ਹਾਰਟਬੀਟ ਬਣ ਗਈ ਸਾਨੂੰ ਨਹੀਂ ਪਤਾ ਕਿ ਕਿਆ ਸ਼ੇਪ ਬਣਿਆ ਕਿਆ ਫੇਸ ਬਣਿਆ ਕਿਆ ਪਰਸਨੈਲਿਟੀ ਬਣੇਗੀ ਪਰ ਕਹਿੰਦੇ ਸਾਨੂੰ ਉਹਦੀ ਹਾਰਟਬੀਟ ਆ ਗਈ ਇਟ ਇਜ਼ ਓਕੇ ਉਹਦਾ ਪੂਰਾ ਅਧਿਕਾਰ ਹੈ ਜੀ ਇਸ ਜੀਵਨ ਦੇ ਵਿੱਚ ਆਣਾ ਦੇਖੋ ਇਹ ਇੱਕ ਇਥੋਂ ਦੀ ਮੋਰੈਲਿਟੀ ਹੈ ਇਥੋਂ ਦੇ ਕਲਚਰ ਹੈ ਇਥੋਂ ਜਿਹੜੇ ਜਸ ਸਾਹਿਬ ਨੇ ਇਹਦਾ ਫੈਸਲਾ ਲਿਆ ਸੁਪਰੀਮ ਕੋਰਟ ਦੀ ਬੈਂਚ ਦੇ ਵਿੱਚ ਲੇਕਿਨ ਫੋਰਨ ਦੇ ਵਿੱਚ ਕੁਝ ਹੋਰ ਹੈ ਤਾਂ ਇਹ ਕ੍ਰਿਟਿਸਿਜ਼ਮ ਸੀਗਾ ਜਿਹੜਾ ਆਪਾਂ ਅਲੱਗ-ਅਲੱਗ ਚੀਜ਼ਾਂ ਨਾਲ ਚੱਲਣਾ ਹੈ ਈਸਟਰਨ ਕਲਚਰ ਮੇ ਹਵ ਡਿਫਰੈਂਟ ਮੋਰਲ ਆਊਟਲੁੱਕ ਦੈਟ ਕੋਲਬਰਗ ਥਿਉਰੀ ਡਸ ਨੋਟ ਕਾਊਂਟ ਫਾਰ ਜਿਹੜੀ ਚੀਜ਼ ਮੈਂ ਤੁਹਾਨੂੰ ਅੱਜ ਜੋ ਕਰੰਟ ਅਫੇਅਰਸ ਦੇ ਵਿੱਚ ਕਹਿ ਲੋ ਜਾਂ ਕਰੰਟ ਜਿਹੜੀ ਸਿਚੁਏਸ਼ਨ ਆਪਾਂ ਫਰਾਂਸ ਨੂੰ ਲੈ ਕੇ ਜਾਂ ਆਪਣਾ ਇਥੋਂ ਦੇ ਹਿਸਾਬ ਨਾਲ ਉਥੋਂ ਦਾ ਕਲਚਰ ਕੁਝ ਹੋਰ ਹੈ ਉਹਨਾਂ ਨੇ ਆਪਦੇ ਰੂਲ ਦੇ ਹਿਸਾਬ ਨਾਲ ਉਥੋਂ ਦੇ ਹਿਸਾਬ ਨਾਲ ਇਹ ਚੀਜ਼ ਦੇਖੀ ਹੈ ਆਪਾਂ ਨੇ ਆਪਦੇ ਇੰਡੀਆ ਦੇ ਹਿਸਾਬ ਨਾਲ ਜਾਂ ਆਪਣੇ ਜੋ ਵੀ ਚੀਜ਼ਾਂ ਇਥੇ ਚੱਲ ਰਹੀਆਂ ਨੇ ਤਾਂ ਇਸ ਤਰੀਕੇ ਨਾਲ ਜਿਹੜਾ ਮੋਰਲ ਡਾਇਲਮਾ ਹੈ ਉਹਨੂੰ ਆਪਾਂ ਦੇਖ ਸਕਦੇ ਹਾਂ ਅਲੱਗ-ਅਲੱਗ ਸਟੇਜਿਸ ਦੇ ਵਿੱਚ ਇਹ ਇੱਕ ਤੁਹਾਡੇ ਲਈ ਹੋਮਵਰਕ ਹੈ ਇਹਦੇ ਲਈ ਵੀ ਤੁਸੀਂ ਦੇਖ ਸਕਦੇ ਹੋ ਕਿ ਬੈਸਟ ਫਰੈਂਡ ਸੀਗੇ ਜੀ ਸੁਜਾਤਾ ਉਹਨੇ ਟਰਾਈ ਕੀਤਾ ਕਿ ਜੰਪ ਵਾਕ ਆਊਟ ਆਫ ਦ ਸ਼ਾਪ ਬੇਰਿੰਗ ਇਟਸ ਅੰਡਰ ਹਾਈ ਜੈਕਟ ਜਿਲ ਇਸ ਲੈਫਟ ਟੂ ਫੇਸ ਦ ਸਟੋਰ ਸਿਕਿਉਰਿਟੀ ਪਰਸਨ ਹੂ ਇਨਸਿਸ ਦ ਜਿਲ ਨੇਮ ਸੁਜਾਤਾ ਐਂਡ ਗਿਵ ਸੁਜਾਤਾ ਦ ਐਡਰੈਸ ਵੀ ਐਡਰੈਸ ਦਿਓ ਜੀ ਮੈਨੇਜਰ ਕਿਉਂਕਿ ਭੱਜ ਗਿਆ ਜੀ ਉਤੋਂ ਸਟੋਰਟਲ ਜਿਲ ਹੀ ਵਿਲ ਬੀ ਇਨ ਸੀਰੀਅਸ ਟ੍ਰਬਲ ਜੇ ਉਹ ਨਹੀਂ ਦੱਸੇਗਾ ਸੁਜਾਤਾ ਦਾ ਨੇਮ ਤੇ ਐਡਰੈਸ ਕਿਉਂ ਉਹਨੂੰ ਕੀ ਕਰਨਾ ਚਾਹੁੰਦਾ ਤਾਂ ਇਹ ਸਿਚੁਏਸ਼ਨ ਦੇ ਵਿੱਚ ਉਹੀ ਮੋਰਲ ਡਿਲੇਮਾ ਵਾਲੀ ਕੁਐਸਚਨ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ 올ਡ ਮੈਨ ਲिटल ਬॉय ਲੇਡੀ 1 ਲੇਡੀ 2 ਸ਼ੇਨ ਇਹ ਹਿੰਸ ਡਾਇਲੈਮਾ ਵੀ ਤੁਸੀਂ ਵੀਡੀਓ ਦੇ ਉੱਪਰ ਦੇਖ ਕੇ ਰੀਜ਼ਨਿੰਗ ਦੇ ਸਕਦੇ ਹੋ ਉਸ ਤਰੀਕੇ ਨਾਲ ਰੋਬਿਨ ਹੁੱਡ ਵਾਲਾ ਵੀ ਜਿਹੜਾ ਹੈਗਾ ਮੋਰਲ ਡਾਇਲੈਮਾ ਕਿ ਕੀ ਉਹ ਸਹੀ ਕਰਦੇ ਸੀ ਜੋ ਵੀ ਉਹ ਐਕਟੀਵਿਟੀ ਕਰਦੇ ਸੀਗੇ ਤਾਂ ਇਹਨਾਂ ਸ਼ਬਦਾਂ ਨਾਲ ਜੀ ਬਹੁਤ-ਬਹੁਤ ਧੰਨਵਾਦ ਉਮੀਦ ਹੈ ਤੁਸੀਂ ਜਿੰਨਾ ਵੀ ਪਹਿਲਾਂ ਥਿਊਰੀਜ਼ਨ ਬਹੁਤ ਵਧੀਆ ਤਰੀਕੇ ਨਾਲ ਪ੍ਰੈਕਟਿਸ ਕੀਤੀ ਤੇ ਉਹਦੇ ਕੁਸ਼ਨ ਨੂੰ ਪ੍ਰੈਕਟਿਸ ਕੀਤੀ ਵੈਰੀ ਗੁੱਡ ਆਪਾਂ ਨੈਕਸਟ ਕਲਾਸ ਦੇ ਵਿੱਚ ਕੋਲਵਗ ਦੇ ਥਿਊਰੀ ਦੇ ਤੇ ਜਿੰਨੇ ਵੀ ਆਪਣੇ ਪੁਰਾਣੇ ਥਿਉਰੀਜ਼ ਹੋ ਗਿਆ ਉਹਨਾਂ ਦੇ ਕੁਐਸਚਨ ਦੀ ਵੀ ਪ੍ਰੈਕਟਿਸ ਕਰਾਂਗੇ ਥੈਂਕ ਯੂ ਸੋ ਵੈਰੀ ਮਚ ਡੂ ਪੋਸਟੇਰ ਸਟਡੀ ਤੇ ਪਰਮਾਤਮਾ ਨੇ ਜੋ ਵੀ ਆਪਾਂ ਡਿਊਟੀ ਦਿੱਤੀ ਹੈ ਉਹਨੂੰ ਬਹੁਤ ਵਧੀਆ ਤਿਕਨਾ ਹੱਸਦੇ ਹੋਏ ਨਿਭਾਓ ਤੇ ਨਾਲ ਨਾਲ ਆਪਣੇ ਜੋ ਵੀ ਸਟੱਡੀ ਚੱਲ ਰਹੀ ਹੈ ਜੋ ਜੋ ਵੀ ਮੋਰਲ ਰਿਸਪੌਂਸਿਬਿਲਟੀਜ਼ ਹਨ ਉਹਨਾਂ ਨੂੰ ਵੀ ਆਪਾਂ ਕੰਪਲੀਟ ਕਰਨਾ ਹੈ ਟੇਕ ਕੇਅਰ ਜੀ ਥੈਂਕ ਯੂ ਸੋ ਵੈਰੀ ਮਚ ਗੋਡ ਬlesਸ ਯੂ